ਈ ਆਈ ਹੈ ਉਸ ਖੁਸ਼ੀ ਨੂੰ ਜਰਨਾ ਕਿਵੇਂ ਹੈ ਜੇ ਜ਼ਿੰਦਗੀ ਚ ਕੋਈ ਘਟਨਾ ਵਾਪਰੀ ਹੈ ਉਸ ਘਟਨਾ ਦੇ ਵਿੱਚ ਆਪਣੇ ਆਪ ਨੂੰ ਤਕੜਾ ਕਿਵੇਂ ਰੱਖਣਾ ਹੈ ਇਹਨਾਂ ਦੋਨਾਂ ਹਾਲਤਾਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਅੱਗੇ ਵਧਣਾ ਜੋ ਮੰਦਰ ਕੋ ਥਾਵੇਂ ਥੰਮਣ ਤਿਉ ਗੁਰ ਕਾ ਸ਼ਬਦ ਮਨਿਆ ਸਥੰਭ ਜਿਵੇਂ ਕਿ ਇਮਾਰਤ ਨੂੰ ਖੜਾ ਕਰਨ ਵਾਸਤੇ ਥੱਲੇ ਪਿੱਲਰ ਦਿੱਤੇ ਜਾਂਦੇ ਨੇ, ਦੀਵਾਰਾਂ ਹੁੰਦੀਆਂ ਨੇ, ਇਦਾਂ ਹੀ ਸਾਡੇ ਮਨ ਨੂੰ ਤਕੜਾ ਕਰਨ ਲਈ ਗੁਰੂ ਦੇ ਉਪਦੇਸ਼ ਦਾ ਪਿੱਲਰ ਹੈ। ਤੁਸੀਂ ਕਦੀ ਨੋਟ ਕਰਿਓ ਕਈ ਵਾਰੀ ਤੁਸੀਂ ਨਰਵਸ ਜਿਹਾ ਹੋ ਕੇ ਬੈਠੇ ਹੋ, ਤੁਹਾਡੇ ਲਾ ਕੇ ਕੋਈ ਚੰਗਾ ਸ਼ਬਦ ਬੋਲ ਦੇ ਤੁਸੀਂ ਇੱਕਦਮ ਕਾਇਮ ਹੋ ਜਾਂਦੇ ਹੋ। ਤੁਹਾਡੇ ਲਾ ਕੇ ਕੋਈ ਮਾੜੀ ਗੱਲ ਬੋਲੇ ਤੁਸੀਂ ਨਾਲ ਹੀ ਢੈਂਦੀ ਕਲਾ ਚਲੇ ਜਾਂਦੇ ਹੋ। ਇਹ ਤਾਂ ਮਤਲਬ ਸ਼ਬਦ ਅਸਰ ਕਰਦਾ ਹੈ ਨਾ। ਤੋ ਜਦੋਂ ਮੈਂ ਸ਼ਬਦੀ ਗੁਰੂ ਦੇ ਸੁਣਾਗਾ ਜਦੋਂ ਮੇਰੇ ਮਨ ਨੂੰ ਗੁਰੂ ਦੇ ਸ਼ਬਦੋਂ એનર્ਜੀ ਮਿਲੇਗੀ ਮੇਰਾ ਮਨ ਤਗੜਾ ਹੋਏਗਾ ਫਿਰ ਮੈਂ ਆਪਣੇ ਆਪ ਨੂੰ ਕਾਇਮ ਰੱਖਾਂਗਾ ਤਾਂ ਮੈਂ ਸਿਵਤ ਸਿਵਤ ਕਿਉਂ ਕਰਨੀ ਹੈ ਵਡਿਆਈ ਕਿਉਂ ਕਰਨੀ ਹੈ ਮਾਲਕ ਨੂੰ ਵਡਿਆਈ ਦੀ ਜ਼ਰੂਰਤ ਨਹੀਂ ਹੈ ਲਓ ਹੋਰ ਸੌਖਾ ਸਮਝੀਏ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਐਗਜ਼ੈਂਪਲ ਦਿੱਤੀ ਹੈ ਕਹਿੰਦੇ ਜਿਵੇਂ ਨਾ ਇਹ ਏਰੀਏ ਦੇ ਵਿੱਚ ਇੱਥੇ ਤਾਂ ਨਹੀਂ ਇੰਨਾ ਕੰਟਰੀਆਂ 'ਚ ਨਹੀਂ ਹੈਗਾ ਆਪਾਂ ਥੋੜੀ ਜੀ ਸੂਰਤ ਲੈ ਜੀਏ ਆਪਣੇ ਦੇਸ਼ ਉੱਥੇ ਕਈ ਵਾਰੀ ਹੁੰਦਾ ਨਾ ਵੀ ਆਵਾਰਾ ਕੁੱਤੇ ਤੁਰੇ ਫਿਰਦੇ ਨੇ ਤੇ ਇੱਕ ਇੱਕ ਗਲੀ ਦਾ ਕੁੱਤਾ ਦੂਜੇ ਇਲਾਕੇ ਵਿੱਚ ਚਲਾ ਜਾਂਦਾ ਕਈ ਵਾਰੀ ਉਹ ਫਿਰ ਦੂਜੇ ਏਰੀਏ ਤੇ ਸਾਰੇ ਕੁੱਤੇ ਪਛਾਣ ਲੈਂਦੇ ਵੀ ਇਹ ਸਾਡੇ ਏਰੀਏ ਦਾ ਨਹੀਂ ਹੈਗਾ ਉਹ ਫਿਰ ਰਲ ਕੇ ਉਹਨੂੰ ਇਕੱਲੇ ਨੂੰ ਘੇਰ ਲੈਂਦੇ ਆ ਇਹ ਉਹ ਜਿਹੜੀ ਮੈਂ ਐਗਜ਼ਾਮਪਲ ਦੇ ਰਿਹਾ ਬਾਣੀ 'ਚ ਲਿਖਿਆ ਹੈ ਇਤੇ ਕੂਕਰ ਹਾਂ ਬੇਗਾਨਾ ਉਹ ਸਾਰੇ ਕੂਕਰ ਇਕੱਠੇ ਹੋ ਗਏ ਜਿਵੇਂ ਬੰਦਿਆਂ ਨੂੰ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਤੁਸੀਂ ਬੰਦਾ ਪਛਾਣ ਜਾਂਦੇ ਜਾਰੇ ਆਪਣੇ ਇਲਾਕੇ ਦਾ ਨਹੀਂ ਪਹਿਲੀ ਵਾਰੀ ਵੇਖਿਆ ਆਪਾਂ ਇਹਨੂੰ ਲੱਗ ਜਾਂਦਾ ਨਾ ਪਤਾ ਜੀ ਆਪਾਂ ਨੂੰ ਅਤ ਤੁਸੀਂ ਹੁਣ ਗੁਰਦੁਆਰੇ ਆਏ ਜੇ ਕਈ ਚਿਹਰੇ ਤੁਸੀਂ ਨਵੇਂ ਵੇਖੇ ਤੁਹਾਨੂੰ ਇੱਕਦਮ ਸਮਝ ਆ ਜਾਂਦੀ ਵੀ ਇਹ ਬੰਦਾ ਪਹਿਲੀ ਵਾਰ ਵੇਖਿਆ ਹੈ ਪਹਿਲਾਂ ਨਹੀਂ ਕਦੀ ਆਇਆ ਆਪਣੇ ਇਲਾਕੇ ਜਿਵੇਂ ਤੁਸੀਂ ਆਪਣੇ ਇਲਾਕੇ 'ਚ ਵੀ ਘੁੰਮ ਰਹੇ ਹੋ ਤੁਹਾਨੂੰ ਕੋਈ ਪਹਿਲੀ ਵਾਰ ਕੋਈ ਵਿਅਕਤੀ ਮਿਲੇ ਜਿਵੇਂ ਪਿੰਡਾਂ ਵਾਲਿਆਂ ਨੂੰ ਪਛਾਣ ਹੁੰਦੀ ਸੀ ਇਹ ਬੰਦਾ ਪਿੰਡ ਦਾ ਹੈਗਾ ਕਿ ਨਹੀਂ ਹੈਗਾ ਇਹ ਬਗਾਨੇ ਪਿੰਡ ਤੋਂ ਆਇਆ ਸਾਡੇ ਪਿੰਡ ਕੁਕਰ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਕੋਈ ਦੂਜੇ ਏਰੀਆ ਦਾ ਉਹਨਾਂ ਦੇ ਇਲਾਕੇ 'ਚ ਆ ਗਿਆ ਤਾਂ ਉਹ ਇੱਕਦਮ ਇਕੱਠੇ ਹੋ ਜਾਂਦੇ ਆ ਉਹ ਕੀ ਕਰਦੇ ਫਿਰ ਘੇਰ ਲੈਂਦੇ ਉਹਨੂੰ ਉਹ ਫੜੱਕ ਕਿਰਿਆ ਕੁੱਤਾ ਕੀ ਕਰਦਾ ਉਹ ਮਾੜਾ ਮਾੜਾ ਭੌਂਕਦਾ ਏ ਕਿਉਂ ਭੌਂਕਦਾ ਏ ਭਲਾ ਉਹਨੂੰ ਪਤਾ ਵੀ ਜੇ ਇੱਥੇ ਮੈਂ ਨਾ ਭੌਂਕਿਆ ਇਹਨਾਂ ਸਾਰਿਆਂ ਰਲ ਕੇ ਮੈਨੂੰ ਸਾਰੇ ਬੋਲੋ ਜੀ ਮੈਨੂੰ ਰਲ ਕੇ ਇਹਨਾਂ ਨੇ ਪਾੜ ਦੇਣਾ ਹੈ ਹੁਣ ਉਹ ਮਾੜਾ ਮਾੜਾ ਭੌਂਕਦਾ ਤੇ ਨਾਲੇ ਪੈਰ ਪਛਾਣ ਨੂੰ ਖਿੱਚੀ ਜਾਂਦਾ ਕਿਉਂਕਿ ਉਹਨਾਂ ਦਾ ਇਲਾਕਾ ਇਹ ਨਹੀਂ ਹੈਗਾ ਇਲਾਕਾ ਦੂਜੇ ਚ ਆਇਆ ਹੋਣ ਹੁਣ ਉੱਥੇ ਉਹਦਾ ਭੌਂਕਣਾ ਕਿਸੇ ਸਰ ਅਹਸਾਨ ਨਹੀਂ ਆ ਉਹਨੂੰ ਪਤਾ ਹੈ ਕਿ ਮੈਂ ਆਪਣੇ ਆਪ ਨੂੰ ਬਚਾਉਣ ਲਈ ਭੌਂਕਰਿਆ ਵਾਂ ਪਾਤਸ਼ਾਹ ਨੇ ਐਗਜ਼ੈਂਪਲ ਦਿੱਤੀ ਹੈ ਅਕਾਲਪੁਰਖ ਵੈਗਰੂ ਇਹ ਸੰਸਾਰ ਮੇਰੇ ਲਈ ਓਪਰਾ ਏਰੀਆ ਵਾ ਇੱਥੇ ਇੱਕ ਨਹੀਂ ਦੋ ਨਹੀਂ ਪੰਜ ਕੂਕਰ ਨੇ ਤੇ ਉਹਨਾਂ ਘੇਰਿਆ ਹੋਇਆ ਮੈਨੂੰ ਕਾਮ ਕ੍ਰੋਧ ਲੋਭ ਮੋਹ ਘਰ ਇਹਨਾਂ ਪੰਜਾਂ ਤੋਂ ਬਚਾਉਣ ਲਈ ਮੈਂ ਮਾੜਾ ਮਾੜਾ ਭੌਂਕਦਾ ਹੁਣ ਇੱਥੇ ਕੂਕਰ ਸਾਰੇ ਬੋਲੋ ਇੱਥੇ ਸਕਰੀਨ ਤੇ ਧਿਆਨ ਦਿਓ ਜੀ ਨਾਲ ਨਾਲ ਇੱਥੇ ਕੂਕਰ ਹਾਂ ਬੇਗਾਨਾ ਤੇ ਭੌਂਕਦਾ ਕਾਦੇ ਲਿਆ ਸਾਰੇ ਬੋਲੋ ਜੀ ਭੌਂਕਾਂ ਇਸ ਤਨ ਤਾਂ ਹੀ ਭੌਂਕਦਾ ਤਨ ਨੂੰ ਹੁਣ ਸ਼ਬਦ ਤਨ ਵਰਤਿਆ ਪਰ ਤਨ ਦੇ ਵਿੱਚ ਬੈਠਾ ਜਿਹੜਾ ਮਨ ਹੈ ਰੋਗ ਉਹਨੂੰ ਲੱਗੇ ਹੋਏ ਨੇ ਬਾਣੀ ਤੇ ਨਾ ਇਹ ਸਮਝਾਉਣ ਦਾ ਤਰੀਕਾ ਮੈਂ ਤਿੰਨ ਐਗਜ਼ਾਮਪਲ ਦੇਵਾਂਗਾ ਤੁਹਾਡੇ ਸਾਹਮਣੇ ਫਰੀਦਾ ਇਹ ਤਨ ਭੌਂਕਣਾ ਤਨ ਭੌਂਕਦਾ ਕਦੀ ਤਾਨ ਨੇ ਕਿਹਾ ਜੁੱਤੀ ਲਿਆ ਪਾਉਣ ਲਈ ਤਨ ਦੇ ਵਿੱਚ ਬੈਠਾ ਮਨ ਕਹਿੰਦਾ ਜੁੱਤੀ ਵਧੀਆ ਹੋਵੇ ਸੂਟ ਟੌਪ ਦਾ ਹੋਵੇ ਕਦੀ ਤਨ ਨੇ ਕਹ ਤਨ ਤੇ ਬੋਲਦਾ ਹੀ ਨਹੀਂ ਹੈ ਤਨ ਵਿੱਚ ਬੈਠਾ ਮਨ ਬੋਲਦਾ ਹੈ ਮਨ ਕਹਿੰਦਾ ਕੱਪੜੇ ਇਦਾਂ ਦੇ ਹੋਣ ਮਨ ਕਹਿੰਦਾ ਇਦਾਂ ਦੀ ਜੁੱਤੀ ਹੋਵੇ ਪੈਰਾਂ ਨੂੰ ਤਾਂ ਭਾਵੇਂ ਤੁਸੀਂ ਚਪਲਾਂ ਪਾ ਦਿਓ ਪੈਰਾਂ ਨੇ ਮੰਗਣੀਆਂ ਥੋੜੀਆਂ ਨੇ ਉਹਦੇ ਅੰਦਰੋਂ ਮਨ ਕਹਿੰਦਾ ਯਾਰ ਮੈਚਿੰਗ ਜੀ ਨਹੀਂ ਹੋਈ ਅਜੇ ਗੱਲ ਹੈ ਜੇ ਬਣੀ ਇਹ ਕੌਣ ਕਹਿੰਦਾ ਜੀ ਭਲਾ ਬੋਲੋ ਸਾਧ ਸੰਗਤ ਜੀ ਮਨ ਪਰ ਸ਼ਬਦ ਕੀ ਵਰਤਿਆ ਇੱਥੇ ਤਨ ਫਰੀਦਾ ਇਹ ਤਨ ਹੁਣ ਤਨ ਸ਼ਬਦ ਤਾਂ ਵਰਤੇ ਤਨ ਵਿੱਚ ਬੈਠਾ ਮਨ ਭੌਂਕਦਾ ਹੁਣ ਇਹ ਇੱਕ ਐਗਜ਼ਾਮਪਲ ਹੋਰ ਲੈ ਲਓ ਜੈ ਤਨ ਬਾਣੀ ਹੁਣ ਤਾਨੂੰ ਬਾਣੀ ਭੁੱਲਦੀ ਐ ਬਾਣੀ ਤੇ ਤਨ ਵਿੱਚ ਬੈਠੇ ਮਨ ਨੂੰ ਭੁੱਲਦੀ ਪਰ ਸ਼ਬਦ ਤਨ ਵਰਤਿਆ ਕਿਉਂਕਿ ਤਨ ਬਰਤਨ ਆ ਵਿੱਚ ਬੈਠਾ ਜਿਹੜਾ ਮੇਨ ਆ ਨਾ ਉਹ ਮਨ ਵਾ ਜੇ ਮਨ ਤਾਂ ਨਹੀਂ ਹੋਏਗਾ ਤੇ ਮਨ ਖਲੋਏਗਾ ਕਿੱਥੇ ਗੁਰੂ ਸਹਿਬ ਬਾਣੀ ਕਾ ਵਰੂਪ ਚਾ ਗੁਰੂ ਸਹਿਬ ਨੇ ਸਮਝਾਉਣ ਦਾ ਇੱਕ ਤਰੀਕਾ ਸੀ ਸ਼ਬਦ ਤਨ ਵਰਤਿਆ ਪਰ ਗੱਲ ਮੰਨ ਦੀ ਹੋ ਰਹੀ ਹੈ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਨ ਲਾਏ ਜਿਸ ਤਨ ਵਿੱਚੋਂ ਬਾਣੀ ਨਿਕਲ ਗਈ ਹੁਣ ਬਾਣੀ ਤੇ ਮਾਨੇ ਯਾਦ ਕਰਨੀ ਹੈ ਤਾਂ ਬਾਣੀ ਚ ਆਖਿਆ ਸੀ ਇਹ ਜੇ ਮਨ ਮੈੜਾ ਹੋ ਗਿਆ ਮਨ ਮੈੜਾ ਸਭ ਕੁਝ ਮੈੜਾ ਤਨ ਧੋਤੇ ਮਨਾ ਅੱਛਾ ਹੱਛਾ ਨਾ ਹੋਏ ਇਹ ਸਮਝਾਉਣ ਦਾ ਤਰੀਕਾ ਮਹਾਰਾਜ ਦਾ ਤੋ ਸਾਧ ਸੰਗਤ ਜੀ ਇੱਥੇ ਵੀ ਸ਼ਬਦ ਵਰਤਿਆ ਇਥੇ 쿠ਕਰ ਇਥੇ ਇਨੇ 쿠ਕਰ ਨੇ ਗੱਲ ਬੰਦੇ ਦੇ ਅੰਦਰ ਦੀ ਹੋ ਰਹੀ ਆ ਮੈਂ ਨਾ 쿠ਕਰਾਂ ਤੋਂ ਬਚਾਉਣ ਲਈ ਰੋਜ਼ ਆਪਣੇ ਆਪ ਨੂੰ ਤਿਆਰ ਬਾੜ ਤਿਆਰ ਕਰਨਾ ਵੀ ਇਹ 쿠ਕਰ ਮੇਰਾ ਆਤਮਿਕ سرمਾਇਆ ਖਤਮ ਨਾ ਕਰ ਜਾਣ ਇਹ ਮੈਨੂੰ ਲੁੱਟਦੇ ਆ ਕਿਉਂਕਿ ਇੱਕ ਗਰੇ 10 ਦਵਾਰ ਹਨ ਜਾ ਕੇ ਆ ਘਰ ਵਾ ਇਹਦੇ 10 ਦਰਵਾਜੇ ਨੇ ਇੱਕ ਗ੍ਰਹਿ 10 ਦਵਾਰ ਹੈ ਜਾ ਕੇ ਐਨਸ ਤਸਕਰ ਪੰਜ ਚੋਰ ਲਗਈਆ ਇਥੇ ਦਿਨ ਤੇ ਰਾਤ ਚੋਰ ਸਮਾਨ ਚੱਕੀ ਜਾਂਦੇ ਆ ਇੱਕ ਗ੍ਰਹਿ 10 ਦਵਾਰ ਹੈ ਜਾ ਕੇ ਐਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇਂ ਇਹ ਬੰਦੇ ਅੰਦਰੋਂ ਕੀ ਕੀ ਚੋਰੀ ਕਰਕੇ ਲੈ ਗਏ ਧਰਮ ਚੋਰੀ ਕਰਕੇ ਲੈ ਗਏ ਫਿਰ ਪਤਾ ਕੀ ਆਂਦੇ ਆਪਾਂ ਬੰਦਾ ਧਰਮੀ ਰਿਆ ਨਹੀਂ ਜਿੱਥੇ ਕੰਮ ਕਰਦਾ ਉੱਥੇ ਚੋਰੀ ਕਰੀ ਜਾਂਦਾ ਜਿਹਨੇ ਨੂੰ ਅੱਗੇ ਵਧਾਇਆ ਉਹ ਨੂੰ ਹੀ ਠੇਡਾ ਲਾ ਕੇ ਸੁੱਟਣ ਦੀ ਕੋਸ਼ਿਸ਼ ਕਰਦਾ ਕਹਿੰਦੇ ਭਾਈ ਧਰਮ ਕਰਮ ਖਤਮ ਹੋ ਗਿਆ ਧਰਮ ਕਰਮ ਧਰਮ ਦੋਏ ਛਪ ਖਲੋਏ ਕੂੜ ਫਿਰੇ ਇਨਸਾਨ ਨੇ ਧਰਮੀ ਰਹਿਣਾ ਕਿੱਥੋਂ ਸੀ ਧਰਮ ਤੇ ਚੋਰੀ ਹੋ ਗਿਆ ਇਹਦਾ ਤੇ ਚੋਰੀ ਕੀਤਾ ਕਹਿੰਦੇ ਜੀ ਭਲਾ ਸਤਸੰਗ ਜੀ ਕਹਿੰਨੇ ਕੀਤਾ ਚਾਰ ਤੋੜੇ ਸੋਨਾ ਕਹ ਰੋ ਕੈਸ਼ ਉਹ ਤੇ ਤੁਸੀਂ ਕਿ ਚੋਰ ਦਾ ਨਾਂ ਲਾ ਦੋਗੇ ਇਹ ਕਿਹਦਾ ਨਾਂ ਲਾਵਾਂਗੇ ਇਹ ਤੇ ਅੰਦਰ ਬੈਠੇ ਚੋਰ ਚੁੱਕੀ ਜਾਂਦੇ ਰੋਜ਼ ਹੀ ਧਰਮ ਅਰਥ ਸਭ ਹਿਰ ਲੈ ਜਾਵੇਂ ਮਹਾਰਾਏ ਕਹਿੰਦੇ ਮਨਮੁਖ ਅੰਧਲੇ ਖਬਰ ਨਾ ਪਈਆ ਪੰਜ ਟੋਲੇ ਸੋਨਾ ਚੋਰੀ ਹੋ ਗਿਆ ਤੇ ਤੂੰ ਰੋਲਾ ਪਾਤਾ ਥੋੜੀ ਜਿਹੀ ਚੋਰੀ ਹੋ ਗਈ ਦਰਵਾਜ਼ਾ ਭੰਨ ਕੇ ਅਗਲੇ ਖਿੜਕੀ ਤੋੜ ਗਾ ਤੂੰ ਕਲੇਮ ਕਰਦਾ ਜਿਆਦਾ ਚੋਰੀ ਹੋ ਗਿਆ ਇੱਥੇ ਤਾਂ ਸਭ ਕੁਝ ਹੀ ਚੋਰੀ ਅੱਛਾ ਚੋਰੀ ਥੋੜਾ ਹੋਇਆ ਲਿਖਾਉਣਾ ਜਿਆਦਾ ਵਾ ਇੱਥੇ ਚੋਰੀ ਜਿਆਦਾ ਹੋਇਆ ਦੱਸਦਾ ਹੀ ਨਹੀਂ ਕਿਸੇ ਨੂੰ ਕੰਮ ਉਲਟਾ ਹੋ ਗਿਆ ਕਿਉਂ ਸਾਹ ਸੰਗਤ ਜੀ ਕੇਵਰੀ ਐਦਾਂ ਹੁੰਦਾ ਨਾ ਚੋਰੀ ਥੋੜੀ ਹੋਈ ਹੁੰਦੀ ਹੈ ਤੇ ਬੰਦਾ ਬੋਲੋ ਗੁਰੂ ਕੇ ਪਿਆਰਿਓ ਇੰਸ਼ੋਰਸ ਵਾਲਿਆਂ ਨੂੰ ਜਾਦੀ ਲਖਾਨ ਦਾ ਬਿਚਲੋ ਥੋੜਾ ਜਆ ਪਹਿਲਾਂ ਵੀ ਘਟਾ ਪੂਰਾ ਕਰ ਲੋ ਇੰਡੀਆ ਗਿਆ ਸੀ ਦੋ ਟਿਕਟਾਂ ਲਾਈਆਂ ਉਹ ਵਿੱਚੇ ਕਰ ਲੋ ਪੁਰੀਆਂ ਫੇ ਗੁਰਦੁਆਰੇ ਮੱਥਾ ਟੇਕਾਂ ਕੋ ਸਤਨਾਮ ਸ੍ਰੀ ਮੈਨੂੰ ਮਾਫ ਕਰਦੇ ਜੀ ਮੇਰੇ ਕੋਲੇ ਇਹ ਜਿੰਗਲਾਂ ਨਿਕਲ ਜਾਂਦੀਆਂ ਨੇ ਕਿਉਂਕਿ ਅਸੀਂ ਆਦੀਆਂ ਨਾ ਇਹਨਾਂ ਸਮਾਜ ਵਿੱਚ ਸਮਾਜ ਵਿੱਚ ਦੁਨੀਆ ਰਹਿੰਦੀ ਹੈ ਜਦ ਤਨ ਅਸੀਂ ਸਹੀ ਹੋ ਗਏ ਨਾ ਮਾਫ ਕਰਨਾ ਉਹ ਦਿਨ ਤੇ ਐ ਜਿੰਦਗੀ ਚੜ੍ਹਦੀ ਗੱਲਾ ਚ ਹੋਣੀ ਹੈ ਫਿਰ ਐਨ ਵਧੀਆ ਪਰ ਕਰਦਾ ਨਾ ਮਨੋਕ ਹੁਣ ਜਿਹੜੇ ਕਰਦੇ ਹੋਣਗੇ ਉਹਨਾਂ ਆਪੇ ਜੋੜ ਘਟਾਓ ਕਰ ਲੈਣਾ ਜਿਹਨਾਂ ਕਦੀ ਨਹੀਂ ਕੀਤਾ ਉਹਨਾਂ ਇਦਾਂ ਉਹਨਾਂ ਕਹਣਾ ਹਾਂ ਬਹੁਤ ਵਧੀਆ ਗੱਲ ਹੋ ਰਹੀ ਹੈ ਜਿਨ੍ਹਾਂ ਦੇ ਅੰਦਰ ਮਾੜੀ ਮੋਟੀ ਇਹ ਗੱਲ ਚੱਲਦੀ ਹੋਈ ਉਹਨਾਂ ਕੀ ਕਹਿਣਾ ਨਹੀਂ ਜੀ ਇਦਾਂ ਨਹੀਂ ਹੋਣੀ ਬਣੀ ਸਮਝਾਉਂਦੀ ਇਹੋ ਆ ਬਣੀਂ ਇੰਦੀ ਆਪਣੇ ਆਪ ਨੂੰ ਸਵਾਰਲਾ ਬੰਦੇ ਆ ਜ਼ਿੰਦਗੀ ਚ ਵਧੀਆ ਬਣਾਉਣੀ ਆ ਤੂੰ ਤੇ ਉਹਨਾਂ ਪੁੱਛਣ ਥੋੜਾ ਹੋਣਾ ਤੈਨੂੰ ਇਮਾਨਦਾਰੀ ਤੇ ਹੋਈ ਆ ਨਾ ਅਸਲੀ ਤੇ ਇਮਾਨਦਾਰੀ ਉਹ ਹੀ ਆ ਨਾ ਤੇ ਤੈਨੂੰ ਤੇ ਪਤਾ ਨਾ ਉਹ ਤੇ ਅੰਤਰਜਾਮੀ ਪੁਰਖ ਬਿਤਾਤੇ ਆ ਸ਼ਰਦਾ ਮਨ ਕੀ ਪੂਰੇ ਉਤੇ ਤੇਰੇ ਅੰਦਰ ਨੂੰ ਜਾਣਦਾ ਵੀ ਤੂੰ ਕਿਦਾਂ ਦਾ ਵਾ ਤੂੰ ਕੀ ਹੈਗਾ ਵਾ ਸਹੀ ਆ ਕਿ ਗਲਤ ਆ ਹੁਣ ਇੱਥੇ ਸ਼ਬਦ ਵਰਤਿਆ ਧਰਮ ਅਰਥ ਸਭ ਹਿਰ ਲੈ ਜਾਵੇਂ ਮਨਮੁਖ ਅੰਦੂਲੇ ਖਬਰ ਨਾ ਪਈਆ ਏ ਮਨਮੁਖ ਬੰਦਿਆ ਤੈਨੂੰ ਇਸ ਗੱਲ ਦੀ ਖਬਰ ਨਹੀਂ ਪਈ ਤੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਤੂੰ ਰੌਲਾ ਵੀ ਨਹੀਂ ਪਾਉਂਦਾ ਯਾਰ ਕਿਸੇ ਨੂੰ ਦੱਸਦਾ ਵੀ ਨਹੀਂ ਹਰ ਹਰ ਨਾਮ ਪੋਤ ਬੋਹਤਾ ਖੇਵਟ ਸ਼ਬਦ ਗੁਰਪਾਰ ਲੰਘਈਆ ਗੁਰੂ ਦੇ ਸ਼ਬਦ ਦੇ ਨਾਲ ਹੀ ਇਹਨਾਂ ਨੂੰ ਬੰਨਿਆ ਜਾ ਸਕਦਾ ਜਿਹੜੇ ਪੰਜ ਆਣ ਕੇ ਰੋਲਾ ਪਉਂਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਕੀ ਲੁੱਟਦੇ ਨੇ? ਅੰਮ੍ਰਿਤ ਲੁੱਟੈ। ਇਹਦਾ ਅੰਮ੍ਰਿਤ ਵੀ ਲੁੱਟਿਆ ਗਿਆ। ਇਹ ਜਿੱਧਰ ਵਿੰਦਾ ਯੈਰ ਹੀ ਵਿੰਦਾ ਹੈ। ਕਿਉਂਕਿ ਉਹ ਲੁੱਟ ਕੇ ਲੈ ਗਿਆ। ਅੰਮ੍ਰਿਤ ਲੁੱਟੈ ਮਨਮੁਖ ਨਹੀਂ। ਕੋਈ ਨਾ ਸੁਣੈ। ਪੁਕਾਰਾ ਤੁਇਸ਼ ਕਰਕੇ ਜਿਹੜੀ ਮੈਂ ਸ਼ਿਵਸਲਾ ਕਰਨੀ ਆ ਨਾ ਪਾਸ਼ਾ ਕਹਿੰਦੇ ਤੂੰ ਆਪਣੀ ਗੰਡ ਪਾਉਣ ਲਈ ਜਿਹੜੀ ਤੇਰੀ ਗੰਡ ਪੈਣੀ ਆ ਨਾ ਸ਼ਿਵਸਲਾ ਨਾਲ ਪੈਣੀ ਕਰਮकांडਾਂ ਨਾਲ ਨਹੀਂ ਪੈਣੀ ਤੇ ਸ਼ਿਵਸਲਾ ਦੀ ਜ਼ਰੂਰਤ ਮਾਲ ਕਾਨੂੰਨੀ ਤੈਨੂੰ ਹੈ ਤੇ ਸ਼ਿਵਸਲਾ ਦਾ ਮਤਲਬ ਹੀ ਇਹ ਆ ਆਪਣੇ ਆਪ ਨੂੰ ਸਵਾਰਲਾ ਉਜਲ ਕਹਿ ਹਾਂ ਚਿਲਕਣਾ ਘੋਟਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸਹ ਧੋਵਾਂ ਤਿਸ ਮਹਾਰਾ ਸੱਜਣ ਨੂੰ ਸੱਜਣ ਦੇ ਨਾਲ ਜਦੋਂ ਗੱਲ ਕਰਦੇ ਨੇ ਕਹਿੰਦੇ ਭਾਂਡੇ ਦੀ ਐਗਜ਼ੈਂਪਲ ਦਿੱਤੀ ਹੁਣ ਸ਼ਬਦ ਭਾਵੇਂ ਕਿਤੇ ਵੀ ਉਚਾਰਨ ਕੀਤਾ ਹੋਵੇ ਮੈਂ ਕਹਿੰਦੀ ਹੁਣ ਸਾਖੀਕਾਰ ਲਿਖਦੇ ਨੇ ਵੀ ਸੱਜਣ ਨੇ ਇਹੋ ਸ਼ਬਦ ਸੁਨੇ ਆ ਜਿਹਨੂੰ ਅਸੀਂ ਸੱਜਣ ਠੱਗ ਕਹਿੰਦੇ ਆ ਸਾਖੀਕਾਰ ਇਹ ਕਹਿੰਦੇ ਨੇ ਵੀ ਇਹੋ ਸ਼ਬਦ ਸੱਜਣ ਨੇ ਸੁਨੇ ਆ ਸੀ ਲੋ ਮਾਰੇ ਨੇ ਪੜਿਆ ਬਈ ਉਜਲ ਕਹਾ ਚਿਲਕਣਾ ਕੋਟ ਮੁਕਲੜੀ ਮਸ ਤੋਤਿਆਂ ਜੂਟਨਾ ਉਤਰੇ ਜੇ ਸੌ ਤੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਸਨ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਟੀਆਂ ਕਾਮਨਾਵਣੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਤ ਮੰਜਵਸਾਨਾ ਘਟ ਘਟ ਜੀਆਂ ਖਾਵਣੇ ਬੱਗੇ ਨਾ ਸਿਮਲ ਰੁਕ ਸਰੀਰ ਮੈਂ ਮੈਜਨ ਦੇਖ ਭੁਲਾਨ ਸੇ ਫੜ ਕਾਮਨਾਵਣੀ ਤੇ ਗੁਣ ਮੈਂ ਤਨਹਨ ਅੰਦਲੇ ਭਾਰ ਉਠਾਇਆ ਡੂੰਗਰਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਾਂ ਚੜ ਲੰਘਾਂ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਪਕੇਤ ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੇ ਜਿਤ ਹੁਣ ਦੱਸਿਓ ਭਲਾ ਐ ਸ਼ਬਦ ਵਿੱਚ ਸਾਰੇ ਸ਼ਬਦ ਨੂੰ ਧਿਆਨ ਨਾਲ ਪੜ ਲਿਓ ਆਪਾਂ ਕਹਿੰਦੇ ਰੱਬ ਦੀ ਸਿਵਸਲਾ ਗੱਲ ਤੇ ਸਾਰੀ ਬੰਦੇ ਦੀ ਕੀਤੀ ਵੀ ਉਜਲ ਕੇ ਹਾਂ ਚਿਲਕਣਾ ਕਹਿੰਦਾ ਭਾਂਡਾ ਕਿੰਨਾ ਚਿਲਕਣਾ ਹੁੰਦਾ ਹੁੰਦਾ ਸੀ ਨਾ ਕਿ ਜਦੋਂ ਆ ਦਿਵਾਲੀ ਦਾ ਲਾਗਾ ਸਮਾਂ ਆਉਣਾ ਤੇੜੀਆਂ ਕਹਿਂਦੀਆਂ ਪ੍ਰਾਤਾਂ ਪਈਆਂ ਹੋਣੀਆਂ ਘਰ 'ਚ ਆ ਜੱਗ ਪਏ ਹੋਣੇ ਛੰਨੇ ਪਏ ਹੋਣੇ ਆਮ ਆਪਣੀਆਂ ਮਾਵਾਂ ਕੀ ਕਰਦੀਆਂ ਹੁੰਦੀਆਂ ਸੀ ਪਲਾ ਕਹਿੰਦਾ ਲਿਆਓ ਲਸੀਨਾ ਧੋ ਕੇ ਮਾਂਜ ਕੇ ਬਾਹਰ ਸੁੱਕਣੇ ਪਾ ਦੀਏ ਵੇਖਿਆ ਨਾ ਸਮਾਂ ਆਪਾ ਅੱਛਾ ਕਹਿੰਦੇ ਭਾਂਡ ਨੂੰ ਜਿੰਨੀ ਵਾਰ ਮਰਜੀ ਧੋਈ ਜਾਓ ਰਗੜੀ ਜਾਓ ਜਿੰਨੀ ਵਾਰ ਮਰਜੀ ਉਹਦੀ ਕਾਲਖ ਲੈਂਦੀ ਰਹਿਣੀ ਕਿਉਂਕਿ ਕਾਲਖ ਉਹਦੇ ਬਾਹਰ ਨਹੀਂ ਰਹਗੀ ਕਾਲਖ ਉਹਦੇ ਅੰਦਰ ਗੱਲ ਕਹਿੰਦੇ ਭਾਂਡੇ ਦੀ ਨਹੀਂ ਹੋ ਰਹੀ ਗੱਲ ਕਿਹਦੀ ਹੋ ਰਹੀ ਆ ਹੇ ਇਨਸਾਨ ਤੇਰੀ ਹੋ ਰਹੀ ਐ ਤੇਰੇ ਅੰਦਰ ਕਾਲਖ ਤੂੰ ਬਾਹਰੋਂ ਧੋਈ ਜਾਣਾ ਸੋਚੇ ਇਹਨਾਂ ਅੱਖੀਆਂ ਬਹਿਣ ਜੇ ਪਿੰਡਾ ਤੋਰੇ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਵਸਿਆ ਸੋਏ ਤੂੰ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਸਿਫਤੀ ਗੰਢ ਪਵੇ ਦਰਬਾਰ ਇਸ ਗੱਲ ਨੂੰ ਸਮਝਾਉਣ ਲਈ ਮਹਾਰਾਜ ਨੇ ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ ਪਹਿਲੀ ਐਗਜ਼ਾਮਪਲ ਦਿੱਤੀ ਕਹਾਂ ਕੰਚਨ ਟੁੱਟੈ ਸਾਰ ਅਛਾੜੀਆਂ ਸਾਰੀਆਂ ਐਗਜ਼ਾਮਪਲਾਂ ਨੇ ਮੇਨ ਗੱਲ ਅਖੀਰਲੀ ਤੋਕੇ ਚਵਾ ਇਹ ਉਦਾਹਰਨਾਂ ਹੀ ਨੇ ਸਾਰੀਆਂ ਕਹਿ ਹਾਂ ਸਾਰੀ ਗੱਲ ਧਿਆਨ ਨਾਲ ਸੁਣਿਓ ਸਮਝ ਪੈ ਜਾਏਗੀ ਮਹਾਰਾਜ ਸਮਝਾਉਣਾ ਕੀ ਚਾਹੁੰਦੇ ਨੇ ਇੰਨੀ ਸੌਖੀ ਬਾਣੀ ਐ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਇਹ ਤਿੰਨ ਚੀਜ਼ਾਂ ਹੋ ਗਈਆਂ ਜੀ ਕਹ ਦਾ ਭਾਂਡਾ ਸਾਰ ਕਹਿੰਦੇ ਲੋਹੇ ਨੂੰ ਤੇ ਕੰਚਨ ਕਹਿੰਦੇ ਸੋਨੇ ਨੂੰ ਇਹ ਤਿੰਨੇ ਚੀਜ਼ਾਂ ਜਦੋਂ ਟੁੱਟ ਜਾਂਦੀਆਂ ਨੇ ਤੇ ਇਹਨਾਂ ਨੂੰ ਜੋੜਨ ਵਾਲਿਆਂ ਤਿੰਨਾਂ ਦੇ ਨਾਮ ਅਲੱਗ-ਅਲੱਗ ਨੇ ਜਦੋਂ ਕਹਿੰਦਾ ਭਾਂਡਾ ਟੁੱਟਦਾ ਇਹਨੂੰ ਜੋੜਨ ਵਾਲੇ ਨੂੰ ਪਿੰਡਾਂ ਚ ਆਉਂਦੇ ਹੁੰਦੇ ਨੇ ਠੱਠਿਆਰ ਤੇ ਜਿਹੜਾ ਲੋਹੇ ਨੂੰ ਜੋੜੇ ਸੰਗਲ ਨੂੰ ਕੁੰਡੀ ਲਾਵੇ ਕਈ ਕਿਤੇ ਟੁੱਟ ਜੇ ਦਾਤੀ ਟੁੱਟ ਜਾਣੀ ਇਹਨੂੰ ਜੋੜਨ ਵਾਲੇ ਨੂੰ ਕੀ ਕਹਿੰਦੇ ਸੀ ਲੋਹਾਰ ਤੇ ਸੋਨੇ ਨੂੰ ਜੋੜਨ ਵਾਲੇ ਨੂੰ ਕੀ ਕਹਿੰਦੇ ਸੀ ਸੁਨਿਆ ਤਿੰਨ ਸ਼ਬਦ ਹੋ ਗਏ ਨਾ ਠੱਠਿਆਰ ਲੋਹਾਰ ਸੁਨਿਆ ਅਸ਼ਾਹੀ ਤੇ ਸ਼ਬਦ ਦੀ ਕੋਈ ਵਰਤਿਆ ਲੋਹਾਰ ਅਗਨੀ ਗੰਢ ਪਾਇ ਲੋਹਾਰ ਕਿਉਂਕਿ ਬਾਣੀ ਕਾਵ ਰੂਪ ਚਾ ਇੱਥੇ ਲੋਹਾਰ ਦਾ ਅਰਥ ਹੈ ਕਾਰੀਗਰ ਕਿਉਂਕਿ ਜੇ ਕੱਲਾ ਕੱਲਾ ਨਾਮ ਲਿਖ ਦੇ ਫਿਰ ਕਾਵ ਰੂਪ ਨਹੀਂ ਸੀ ਫਿਰ ਜਿਹੜੀ ਅਸਲੀ ਜਿਹੜਾ ਗੁਰੂ ਸਾਹਿਬ ਮੈਸੇਜ ਦੇਣਾ ਚ ਬਾਣੀ ਕਾਵ ਰੂਪ ਚਾ ਇੱਕੋ ਹੀ ਸ਼ਬਦ ਨੇ ਤਿੰਨੇ ਚੀਜ਼ਾਂ ਕਵਰ ਕਰ ਲਈਆਂ ਲਬਜ ਲੋਹਾਰ ਵਰਤਿਆ ਲੋਹਾਰ ਮੀਨ ਕਾਰੀਗਰ ਭਾਵੇਂ ਉਹ ਠੱਠਿਆਰ ਹੈ ਭਾਵੇਂ ਉਹ ਸੁਨਿਹਾਰ ਹੈ ਤੇ ਭਾਵੇਂ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਹੈ ਮੈਸੇਜ ਕੀਤਾ ਕਹਿੰਦਾ ਭਾਂਡਾ ਟੁੱਟਾ ਪਿੰਡ ਦੇ ਵਿੱਚ ਆਇਆ ਹੁੱਕਾ ਦੇਣ ਵਾਲਾ ਭਾਂਡਿਆਂ ਨੂੰ ਟੰਕੇ ਲਵਾ ਲਓ ਕਲੀ ਕਰਾ ਲਓ ਇਦਾਂ ਦੇ ਸ਼ਬਦ ਬੋਲਦੇ ਹੁੰਦੇ ਸੀ ਹੁਣ ਤਾਂ ਹੌਲੀ ਹੌਲੀ ਉਹ ਵੀ ਚੀਜ਼ਾਂ ਖਤਮ ਹੁੰਦੀਆਂ ਜਾਣੀਆਂ ਵਾ ਉਹ ਪ੍ਰਾਣਾ ਜਮਾਨਾ ਹੋਰ ਸੀ ਆਵਾਜ਼ ਦਿੱਤੀ ਤੇ ਮਾਂ ਨੇ ਪ੍ਰਾਤ ਕੋਈ ਜੱਗ ਜੋ ਵੀ ਸੀ ਉਹਨੂੰ ਟੰਕਾ ਲਵਾਇਆ ਜੇ ਕੋਈ ਲੋਹੇ ਦੀ ਚੀਜ਼ ਟੁੱਟੀ ਤੇ ਉਹਨੂੰ ਲੋਹਾਰ ਨੇ ਗੰਡ ਲਾਤੀ ਸੋਨਾ ਟੁੱਟਾ ਤੇ ਸੋਨੇ ਨੇ ਅਛਾ ਤਿੰਨੇ ਜਿਹੜੀਆਂ ਜੁੜੀਆਂ ਅਗਨ ਵਾਲੀ ਆ ਅਗਲੀ ਗੰਡ ਸ਼ਬਦ ਵਰਤਿਆ ਉੱਤੇ ਅਗ ਦੇ ਨਾਲ ਤਿੰਨਾ ਤਾਤਾਂ ਨੂੰ ਜੋੜ ਦਿੱਤਾ ਗਿਆ ਇਹ ਦੁਨਿਆਵੀ ਐਗਜ਼ਾਮਪਲ ਆ ਇਸ ਤੋਂ ਬਾਅਦ ਗੋਰੀ ਸੇਤੀ ਟੁੱਟੇ ਪਧਾਰ ਗੋਰੀ ਮੀਨਿੰਗ ਇਸਤਰੀ ਸੇਤੀ ਦੇ ਮਤਲਬ ਨਾਲ ਟੁੱਟੇ ਦਾਰ ਸਾ ਟੁੱਟ ਗਈ ਪਧਾਰ ਮੀਨੂ ਪਤੀ ਨਾਲ ਕਈ ਵਾਰੀ ਪਰਿਵਾਰਾਂ ਵਿੱਚ ਵਿਆਹ ਤੋਂ ਬਾਅਦ ਅਣਬਣ ਹੋ ਜਾਂਦੀ ਪਤਰੀ ਪਤਨੀ ਚ ਪਤਨੀ ਪੇਕੇ ਚਲੀ ਜਾਂਦੀ ਹੈ ਪਤੀ ਆਪਣੇ ਘਰ ਰਹਿ ਜਾਂਦਾ ਹੈ ਇਹੋ ਜਿਹੇ ਹਾਲਾਤ ਵੀ ਬਣ ਜਾਂਦੇ ਵੀ ਬੱਚੇ ਵੀ ਵੰਡੇ ਜਾਂਦੇ ਆ ਡਿਵੋਰਸ ਤੱਕ ਤਲਾਕ ਤੱਕ ਨੌਬਤਾਂ ਆ ਜਾਂਦੀਆਂ ਨੇ ਅੱਗੇ ਸ਼ਬਦ ਵਰਤਿਆ ਪੁੱਤੀ ਗੰਡ ਸਾਰੇ ਨਾਲ-ਨਾਲ ਪੜੋ ਜੀ ਪੁੱਤੀ ਗੰਡ ਪਵੈ ਸੰਸਾਰ ਹੁਣ ਜਿਵੇਂ ਉੱਤੇ ਲੋਹਾਰ ਸ਼ਬਦ ਕਾਮਨ ਹੈ ਨਾ ਸਾਂਝਾ ਇਹ ਪੁੱਤੀ ਸ਼ਬਦ ਵੀ ਇਦਾਂ ਹੀ ਆ ਜਿਵੇਂ ਇਕੱਲਾ ਇਕੱਲਾ ਸ਼ਬਦ ਮਹਾਰਾਜ ਵਰਦੇ ਜੇ ਲੋਹਾਰ ਦੇ ਜੇ ਇੱਥੇ ਲੋਹਾਰ ਦੇ ਨਾਲ ਸਨਿਆਰ ਵੀ ਵਰਦੇ ਠਠਿਆਰ ਵੀ ਵਰਦੇ ਤੇ ਕਾਵਰੂ ਪੂਰੀ ਨਹੀਂ ਸੀ ਬਣਨੀ ਇੱਥੇ ਪੁੱਤੀ ਸ਼ਬਦ ਵੀ ਕਾਮਨ ਸ਼ਬਦ ਹੈ ਸਾਂਝਾ ਹੁਣ ਮੰਨ ਲਓ ਵਿਆਹ ਹੋ ਗਿਆ ਪਤੀ ਪਤਨੀ ਅੱਡ ਹੋ ਗਏ ਬਣੀ ਨਾ ਉਹਨਾਂ ਦੀ ਕਿਸੇ ਕਾਰਨ ਅਦਾਲਤਾਂ ਤੱਕ ਚਲੇ ਗਏ ਤਲਾਕ ਹੋ ਗਿਆ ਘਰ ਚ ਪੁੱਤਰ ਸੀ ਉਹਨਾਂ ਦੇ ਜੇ ਬੱਚਾ ਮਾਂ ਦੇ ਕੋਲ ਰਹਿ ਗਿਆ ਬਾਪ ਕੋਲ ਰਹਿ ਗਿਆ ਸਮਾਂ ਪਾ ਕੇ ਬੱਚੇ ਦੇ ਰਾਂਹੀ ਮਾਂ ਬਾਪ ਫੇਕ ਹੋ ਗਏ ਪੁੱਤ ਨੇ ਮਾਪੇ ਫੇਕ ਫਿਰ ਇੱਕ ਘਰ ਤੇ ਕਈ ਸਾਲਾਂ ਬਾਅਦ ਅੱਛਾ ਜੇ ਇਸ ਘਰ ਪੁੱਤ ਨਹੀਂ ਹੋਏਗਾ ਉਥੇ ਸ਼ਬਦ ਧੀ ਤੇ ਟੁਕੇਗਾ ਕੋਈ ਪੁੱਤੀ ਕਾਮਨ ਸ਼ਬਦ ਹੋ ਗਿਆ ਨਾ ਉਥੇ ਧੀ ਨੇ ਮਾਪੇ بڑے ਪਰਿਵਾਰ ਨੇ ਜਿ세 ਧੀਆਂ ਰਾਂ ਹੀ ਮਾਪੇ ਫੇਕ ਹੋ ਜਾਂਦੇ ਨੇ ਅੱਛਾ ਜਿ세 ਧੀ ਵੀ ਹੈ ਨਹੀਂ ਪੁੱਤ ਵੀ ਹੈ ਨਹੀਂ ਔਲਾਦ ਹੈ ਹੀ ਨਹੀਂ ਉਥੇ ਸ਼ਬਦ ਆਏਗਾ ਪਰਿਵਾਰ ਤੇ ਪਰਿਵਾਰ ਦੇ ਜੀਆ ਨੇ ਫਿਰ ਪਤੀ ਪਤਨੀ ਇਕੱਠੇ ਕਰਦੇ ਅੱਛਾ ਜਿੱਥੇ ਪਰਿਵਾਰ ਦਾ ਜੀਵ ਹੀ ਕੋਈ ਨਹੀਂ ਹੈਗਾ ਮੰਨ ਲਓ ਮੰਨ ਲਓ ਨੌਬਤ ਐਸੀ ਬਣ ਜਾਵੇ ਜੀ ਕੋਈ ਨਹੀਂ ਬਚਿਆ ਉਥੇ ਸਮਾਜ ਦਾ ਕੋਈ ਜੀਵ ਐਸਾ ਬਣਿਆ ਕੋਈ ਕੋਈ ਇਹੋ ਜਿਹਾ ਕੋਈ ਵਿਅਕਤੀ ਆਇਆ ਕੋਈ ਭੈਣ ਇਦਾਂ ਦੀ ਆਈ ਉਹਨੇ ਦੋਹ ਪਤੀ ਪਤਨੀ ਨੂੰ ਫੇਰ ਇਕੱਠਿਆਂ ਕਰਤਾ ਸ਼ਬਦ ਕਾਮਨ ਹੈ ਗੱਲ ਇਹ ਸੀ ਵੀ ਜੇ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ ਕੋਈ ਜਰੀਆ ਬਣਿਆ ਭਾਵੇਂ ਪੁੱਤ ਬਣਿਆ ਭਾਵੇਂ ਧੀ ਬਣੀ ਭਾਵੇਂ ਕੋ ਪਰਿਵਾਰ ਦਾ ਮੈਂਬਰ ਬਣਿਆ ਭਾਵੇਂ ਕੋ ਸਮਾਜ ਦਾ ਮੈਂਬਰ ਬਣਿਆ ਉਹਨੇ ਪਤੀ ਪਤਨੀ ਨੂੰ ਫਿਰ ਇਕੱਠਿਆਂ ਕਰ ਦਿੱਤਾ ਪਰ ਜਦੋਂ ਇਹ ਸ਼ਬਦ ਪੜਿਆ ਜਾਂਦਾ ਨਾ ਪੁੱਤੀ ਗੰਡ ਪਵੇ ਸੰਸਾਰ ਸਾਡੇ ਦਿਮਾਗ 'ਚ ਇੱਕਦਮ ਕੀ ਆਉਂਦਾ ਭਲਾ ਇਮਾਨਦਾਰੀ ਨਾਲ ਜਵਾਬ ਦਿਓ ਸੌਖਾ ਹੋ ਜਾਏਗਾ ਜੀ ਮੇਰੇ ਵਾਸਤੇ ਵੀ ਤੇ ਤੁਹਾਡੇ ਲਈ ਵੀ ਆਮ ਆਮ ਸਾਡੇ ਸਮਾਜ 'ਚ ਕੀ ਆਉਂਦਾ ਭਲਾ ਵੀ ਪੁੱਤਰਾ ਨਾਲ ਸੰਸਾਰ ਤੇ ਬੋਲੋ ਜੀ ਗੰਡ ਪੈਂਦੀ ਹੈ ਮੈਂ ਕਹਿੰਨਾ ਪੁੱਤ ਹੋਣੇ ਚਾਹੀਦੇ ਆ ਮੈਂ ਕਿ ਪੁੱਤਾਂ ਦਾ ਦੁਸ਼ਮਣ ਨਹੀਂ ਆ ਧੀਆ ਵੀ ਹੋਣੀਆਂ ਚਾਹੀਦੀਆਂ ਪੁੱਤ ਵੀ ਹੋਣੇ ਚਾਹੀਦੇ ਆ ਬਿਲਕੁਲ ਹੋਣੇ ਚਾਹੀਦੇ ਆ ਸਹਿਮਤ ਆ ਮੈਂ ਇਸ ਗੱਲ ਨਾਲ ਪਰ ਤੁਸੀਂ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਜੇ ਬਜ਼ੁਰਗ ਮਾਮਾ ਬੈਠੀਆਂ ਜੀ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਜਿਆਦਾ ਸਮਾਜ ਪੁੱਤਾਂ ਦੀ ਅਰਦਾਸ ਕਰਦਾ ਕਿ ਧੀਆਂ ਦੀ ਭਲਾ ਬੋਲ ਕੇ ਦੱਸਿਓ ਜੀ ਭਲਾ ਭੈਣੋ ਤੁਹਾਡੇ ਵੱਲੋਂ ਮੈਂ ਸੁਣਨਾ ਚਾਹਣਾ ਬੋਲ ਕੇ ਦੱਸਿਓ ਜੀ ਸੱਚ ਬੋਲਿਓ ਪੁੱਤਾਂ ਦੀ ਕਿ ਧੀਆਂ ਦੀ ਭਲਾ ਪੁੱਤਾਂ ਦੀ ਪੁੱਤਾਂ ਦੀ ਅਰਦਾਸਾਂ ਹੁੰਦੀਆਂ ਨੇ ਲੋਕ ਸਪੈਸ਼ਲ ਬਾਬਿਆਂ ਕੋ ਜਾਂਦੇ ਆ ਸੇਵ ਲੈ ਕੇ ਜਾਂਦੇ ਆ ਝੋਲੀ 'ਚ ਪਾਉਂਦੇ ਆ ਹੁੰਦਾ ਨਾ ਜੀ ਅੱਛਾ ਧਿਆਨ ਨਾਲ ਸੁਣਨੇ ਥੋੜਾ ਜਿਆਦਾ ਤਾਂ ਕਿ ਗੱਲ ਸਮਝ ਪੈ ਜਾਏ ਤੁਹਾਨੂੰ ਪਤਾ ਹੈ ਪੁੱਤਰ ਹੀ ਕਿਉਂ ਚਾਹੀਦਾ ਇਹਦੇ ਪਿੱਛੇ ਇੱਕ ਸਭ ਤੋਂ ਵੱਡੀ ਮਨਾਉਤ ਕੰਮ ਕਰਦੀ ਸੀ ਬਿਪਰ ਦੇ ਮੁਤਾਬਕ 86 ਕਿਸਮ ਦੇ ਨਰਕ ਵਾ ਬਿਪਰ ਦੇ ਮੁਤਾਬਕ ਗੁਰਮਤ ਨਹੀਂ ਮੰਨਦੀ ਬਿਪਰ ਮੰਨਦਾ ਹੈ ਉਹਦੇ ਮੁਤਾਬਕ 86 ਕਿਸਮ ਦੇ ਨਰਕ ਵਾ ਉਹਨਾਂ ਚ ਸਭ ਤੋਂ ਭਿਆਨਕਰ ਨਰਕ ਪਤਾ ਕਿਹੜਾ ਵਾ ਪੂ ਨਰਕ ਪਪੇ ਤੋਂ ਸ਼ੁਰੂ ਹੁੰਦਾ ਪੂ ਨਰਕ ਉਹ ਕਹਿੰਦਾ ਸੀ ਇਸ ਨਰਕ ਤੋਂ ਬਚਣ ਲਈ ਇੱਕੋ ਇੱਕ ਜਰੀਆ ਬੰਦੇ ਕੋਲ ਕਿ ਬੰਦੇ ਦੇ ਘਰ ਪੂਮਨ ਪੁੱਤਰ ਹੋਵੇ ਪੁੱਤਰ ਹੋਵੇਗਾ ਤੇ ਉਹ ਇਹਨੂੰ ਇਸ ਨਰਕ ਤੋਂ ਬਚਾ ਸਕਦਾ ਹੁਣ ਨਰਕ ਤੋਂ ਕਿੱਦਾਂ ਬਚਾਊਗਾ ਉਹਨੇ ਜਾਲ ਵੜਾ ਤਕੜਾ ਵਛਾਇਆ ਸੀ ਉਹ ਆਂਦਾ ਵੀ ਜਦੋਂ ਤੂੰ ਕਰ ਜਣਾ ਚੜਾਈ ਤੇ ਪੁੱਤਰ ਤੇਰੇ ਮਗਰੋਂ ਫਿਰ ਦਾਨ ਦਖਨਾ ਦੇਊਗਾ ਤੇ ਤੈਨੂੰ ਨਰਕਾਂ ਤੋਂ ਬੋਲੋ ਸਾਰੇ ਜੀ ਬਚਾਊਗਾ ਇਸ ਕਰਕੇ ਪੁੱਤਰ ਹੋਣਾ ਉਹ ਬੋਲੋ ਗੁਰੂ ਕੇ ਪਿਆਰਿਓ ਇਸ ਕਰਕੇ ਤੇਰੇ ਵਾਰ ਪੁੱਤਰ ਹੋਣਾ ਬਹੁਤ ਜ਼ਰੂਰੀ ਆ ਉਪਰ ਆਮ ਬੰਦਾ ਹਰ ਬੰਦਾ ਇਹ ਕਹਿੰਦਾ ਪੁੱਤਰ ਅੱਛਾ ਇਹਦੇ ਪਿੱਛੇ ਮਤਲਬ ਸੁਖ ਦਾ ਨਹੀਂ ਹੈਗਾ ਆਮ ਆਪਾਂ ਤਾਂ ਹੀ ਮੰਗਦੇ ਪੁੱਤਰ ਹੋਏਗਾ ਕਿਤੇ ਨੋ ਵਿਆਹ ਕਿ ਲਿਆਵਾਂਗੇ ਅਸੀਂ ਚਿੱਟੀ ਚਾਦਰ ਵੀ ਸ਼ੀ ਹੋਊਗੀ ਅਸੀਂ ਬੈਠਿਆ ਕਰਾਂਗੇ ਪੁੱਤ ਕੰਮ ਕਰੂਗਾ ਤੇ ਨੋ ਦੋ ਫੁਲਕੇ ਲਾਇਆ ਕਰੂਗੀ ਨਾਲੇ ਪਿਛੇ ਪਾਪਾ ਜੀ ਚਾਹ ਕਿਹੜੀ ਪੀਣੀ ਅਦਰਕ ਵਾਲੀ ਕਿ ਦੁੱਜੀ ਬੀਬੀ ਜੀ ਚੌਲ ਕਿਹੜੇ ਖਾਣ ਆਪਣੇ ਦਿਮਾਗ 'ਚ ਇਹੋ ਹੀ ਆ ਨਾ ਤੇ ਜਿਹੋ ਜਿਹਾ ਅੱਗੇ ਮਾਹੌਲ ਆ ਇਮਾਨਦਾਰੀ ਨਾਲ ਆਪੇ ਸੋਚਿਓ ਫਿਰ ਉਹੋ ਹੀ ਪ੍ਰਾਤ ਉਹੋ ਹੀ ਚੁੱਲਾ ਉਹੋ ਹੀ ਸਭ ਕੁਝ ਫਿਰ ਉਦਾਂ ਹੀ ਤੇ ਫਿਰ ਮਨਸਾ ਕੀ ਇਹਦੇ ਪਿਛੇ ਮਨਾਉ ਤੋ ਹੁਣ ਬੇਬੇ ਨਾਨਕੀ ਦੇ ਘਰ ਧੀ ਸੀ ਨਾ ਪੁੱਤ ਸੀ ਮੈਨੂੰ ਇੱਕ ਵਾਰੀ ਨਾ ਹਰਿਆਣੇ ਸਮਾਗਮ ਤੇ ਜਾਣ ਦਾ ਮੌਕਾ ਮਿਲਿਆ ਮੇਰੇ ਤੋਂ ਪਹਿਲਾਂ ਢਾਡੀ ਕਮਿਸ਼ਨ ਲੱਗੇ ਉਹ ਪੁੱਤਾਂ ਦੀਆਂ ਵਾਰਾਂ ਗਾਉਣ ਦੋ ਰਖੜੀ ਦਾ ਦਿਨ ਚੱਲਦੇ ਸੀ ਜੋ ਲੱਗਣ ਇੱਕ ਵੀਰ ਦੇ ਵੀਰ ਬਾ ਮੇਰਾ ਰਖੜੀ ਬਨਣ ਨੂੰ ਚਿਤ ਕਰਦਾ ਇਦਾਂ ਦੇ ਉਹ ਜਦੋਂ ਮੇਰੀ ਵਾਰੀ ਆਈ ਤੇ ਮੈਂ ਬੇਬੇ ਨਾਨਕੀ ਦਾ ਇਤਿਹਾਸ ਸੁਣਾਤਾ ਤੇ ਮੁੜ ਕੇ ਢਾਡੀ ਮਗਰੋਂ ਅਰਕਾਂ ਮਾਰਨ ਕਿਤੇ ਦੂਜੀ ਕਪਤਾ ਲੱਭੋਣ ਤੀਆਂ ਵਾਲੀ ਕੋਈ ਉਹ ਅਸਲ 'ਚ ਸੌਦਾ ਨਾ ਸਾਡਾ ਸਾਡੇ ਹਾਲਾਤ ਇੱਥੇ ਬਣ ਗਿਆ ਹੁਣ ਹੁਣ ਕਈ ਪੁੱਛਦੇ ਜੀ ਇਹਨਾਂ ਦਾ ਫਰਕ ਹੀ ਪੈਂਦਾ ਫਰਕ ਪਤਾ ਕੀ ਪੈਂਦਾ ਇੱਕ ਬਾਪ ਦੀਆਂ ਦੋ ਤੀਆਂ ਵਾਂ ਉਹਨੇ ਵਿਆਹ ਤੀਆਂ ਇੱਕ ਦੇ ਘਰ ਤੇ ਹੋ ਗਿਆ ਇੱਕ ਪੁੱਤ ਤੇ ਇੱਕ ਧੀ ਤੇ ਇੱਕ ਦੇ ਘਰ ਹੋਈਆਂ ਦੋ ਧੀ ਤੀਆਂ ਜਿੰਨਾ ਕਰਤੀ ਪੁੱਤ ਆਓ ਤੇ ਬੜੀ ਖੁਸ਼ੀ ਨਾਲ ਬੈਠੇ ਆ ਵੀ ਵੇਖਿਆ ਰੱਬ ਨੇ ਸਾਡੀ ਬੜੀ ਸੁਣੀ ਆ ਮਾਲਕ ਨੇ ਬੜੀ ਰਹਿਮਤ ਕੀਤੀ ਆ ਕਿਰਪਾ ਮਾਲਕ ਦੀ ਭਾਈ ਸੁਖ ਨਾਲ ਜੋੜੀ ਬਣ ਗਈ ਆ ਇਦਾਂ ਦੇ ਸ਼ਬਦ ਵੀ ਬੋਲੇ ਜਾਂਦੇ ਆ ਇਹਦਾ ਮਤਲਬ ਜਿੰਨਾ ਘਰ ਦੋ ਧੀਆ ਉਹਨਾਂ ਤੇ ਰੱਬ ਦੀ ਕਿਰਪਾ ਹੈ ਨਹੀਂ ਕਿਉਂ ਸਾਧ ਸੰਗਤ ਜੀ ਉਹ ਰੱਬ ਦੀ ਕਿਰਪਾ ਤੋਂ ਵਾਂਝੇ ਨੇ ਇਹੋ ਜੇ ਫਿਰ ਦਿਨ ਉਹਦੋਂ ਉਹਨਾਂ ਨੂੰ ਰਵਾਇਆ ਜਾਂਦਾ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਹਾਡੇ ਘਰ ਅੱਜ ਪੁੱਤ ਹੁੰਦਾ ਤੁਸੀਂ ਵੀ ਕਿਤੇ ਰਖੜੀ ਬਨ ਲੈਂਦੀ ਆਪਣੇ ਭਰਾ ਦੇ ਘੁੱਟ ਤੇ ਆ ਫਰਕ ਪੈਂਦਾ ਇਹਨਾਂ ਧਿਆਰਾਂ ਨਾਲ ਉਹਨਾਂ ਨੂੰ ਉਹਦਨ ਅਹਿਸਾਸ ਕਰਾਇਆ ਜਾਂਦਾ ਉਹਦਨ ਫਿਰ ਵਿਚਾਰੇ ਅੱਛਾ ਇੱਕ ਹੋਰ ਸੁਣਿਓ ਮੈਂ ਪਹਿਲਾਂ ਬੇਨਤੀ ਕੀਤੀ ਆ ਜੋੜ ਘਟਾਓ ਆਪੇ ਕਰ ਲਿਓ ਜਿਨ੍ਹਾਂ ਭੈਣਾ ਕਰ ਔਲਾਦ ਨਹੀਂ ਹੁੰਦੀ ਕਦੀ ਉਸ ਭੈਣ ਕੋਲੋਂ ਗੁੜਤੀ ਦਵਾਈ ਕਿਸੇ ਨੇ ਆਪਣੇ ਬੱਚੇ ਨੂੰ ਘਰ ਚ ਬਾਲ ਨਵਾਂ ਆਉਣ ਵਾਲਾ ਹੋਵੇ ਕਹਿੰਦੇ ਇਹਦਾ ਪਰਸ਼ਾਵਾਂ ਨਾ ਦੂਜੀ ਤੇ ਪੈ ਜਾਏ ਨਹੀਂ ਤੇ ਇਹਦੇ ਵਰਗੇ ਦੂਜੇ ਵੀ ਹੋ ਜਾਣਗੇ ਤੇ ਗੁਰਦੁਆਰੇ ਆਣ ਕਹਿਣਾ ਨਾਨਕ ਨਾਮ ਚੜਦੀ ਕਲਾ ਬੋਲੋ ਜੀ ਤੇਰੇ ਭਾਣਾ ਭਾਵੇਂ ਉਸ ਬੱਚੀ ਦਾ ਕੋਈ ਕਸੂਰ ਨਹੀਂ ਆ ਬੇਬੇ ਨਾਨਕੀ ਦੇ ਕਰਨਾ ਧੀ ਸੀ ਨਾ ਪੁੱਤ ਸੀ ਕੋਈ ਦੁਨੀਆ ਦਾ ਮਨੁੱਖ ਕਹਿ ਸਕਦਾ ਬੇਬੇ ਨਾਨਕੀ ਅਧੂਰੀ ਸੀ ਬੇਬੇ ਨਾਨਕੀ ਪੂਰੀ ਸੀ ਮਨੁੱਖ ਪੂਰਾ ਔਲਾਦ ਨਾਲ ਨਹੀਂ ਹੁੰਦਾ ਪੂਰਾ ਮਨੁੱਖ ਆਪਣੇ ਕੰਮਾਂ ਨਾਲ ਹੁੰਦਾ ਸਤ ਸੰਗਤ ਜੀ ਔਲਾਦ ਹੋਣੀ ਚਾਹੀਦੀ ਮੈਂ ਪਹਿਲਾਂ ਕਹਿੰਦਾ ਮੈਂ ਇਸ ਗੱਲ ਦਾ ਕੋਈ ਵਿਰੋਧੀ ਨਹੀਂ ਆ ਬੱਚੇ ਹੋਣ ਤੁਹਾਡੇ ਪਰ ਤੁਹਾਨੂੰ ਪੁੱਤਰੀ ਸਪੈਸ਼ਲ ਕਿਉਂ ਮੰਗਣਾ ਪੈਂਦਾ ਜੀ ਸਵਾਲੇ ਪੈਦਾ ਹੁੰਦਾ ਸਪੈਸ਼ਲ ਤੁਹਾਨੂੰ ਪੁੱਤਰ ਵਾਸਤੇ ਕਿਉਂ ਕਹਿਣਾ ਪੈਂਦਾ ਧੀਆਂ ਦੇ ਸਾਹਮਣੇ ਕਹੀ ਜਾਣਗੇ ਕਈ ਇਦਾਂ ਪੁੱਛਣਗੇ ਬੱਚੇ ਕਿੰਨੇ ਜੀ ਸੁਖਨਾ ਕਹਿੰਦੇ ਜੀ ਇੱਕ ਬੇਟੀ ਆ ਬੇਟਾ ਨਹੀਂ ਹੈਗਾ ਅੱਛਾ ਜੇ ਦੋ ਬੇਟੀਆਂ ਨੇ ਫੇਰ ਇਦਾਂ ਪੁੱਛਣਗੇ ਲੜਕਾ ਨਹੀਂ ਹੈਗਾ ਅੱਛਾ ਦੋ ਲੜਕੇ ਜਾਂ ਇੱਕ ਲੜਕਾ ਹੋਵੇ ਕਦੀ ਕਿਹਨੇ ਪੁੱਛਿਆ ਲੜਕੀ ਹੈਗੀ ਆ ਅਛਾ ਕਈ ਤੇ ਜੋੜੀਆਂ ਬਣਾਉਂਦੇ ਨੇ ਕਹਿੰਦੇ ਜੀ ਜੋੜੀ ਬਣਾਉਣੀ ਮੈਂ ਨਾ ਜੋੜੀਆਂ ਛੱਡ ਗਏ ਤੁਸੀਂ ਚਾਰ-ਚਾਰ ਹੋਣ ਮਾੜੀ ਗੱਲ ਥੋੜਾ ਪਰ ਉਹ ਜੋੜੀ ਪਤਾ ਕਿਉਂ ਬਣਾਉਂਦੇ ਕਹਿੰਦੇ ਇੱਕ ਨਾ ਸੇਵਾ ਕਰੂ ਦੂਜਾ ਕਰ ਦੂ ਮੈਂ ਕਿਹਾ ਵੇਲਣਾ ਵੇਖਿਆ ਵੇਲਣਾ ਜਦੋਂ ਦੋਵੇਂ ਵੇਲਣਿਆਂ ਵਿੱਚ ਗੰਨਾ ਦਈਦਾ ਨਾ ਉਹਦੀ ਰੋ ਕੱਢ ਦਿੰਦਾ ਮੈਂ ਕਿਹਾ ਹੋ ਸਕਦਾ ਇੱਕ ਸੇਵਾ ਕਰ ਦਵੇ ਦੋਵੇਂ ਕੇ ਵੀ ਇੱਥੇ ਤੇ ਨਹੀਂ ਹੈਗਾ ਪੰਜਾਬ ਦੀਆਂ ਬੱਸਾਂ ਤੇ ਲਿਖਿਆ ਹੁੰਦਾ ਪਿਛੇ ਪੁੱਤ ਮਿਛੜੇ ਮੇਵੇ ਪੜ੍ਹਿਆ ਹੋਣਾ ਤੁਸੀਂ ਵੀ ਆਪਾਂ ਵੀ ਉੱਥੇ ਹੀ ਐ ਕੀ ਲਿਖਿਆ ਹੁੰਦਾ ਪੁੱਤ ਕੀ ਲਿਖਿਆ ਹੁੰਦਾ ਜੀ ਅਸ਼ਾ ਧੀਆ ਮਿੱਠੇ ਮੇਵੇ ਅੱਧਾ ਕੈਨੇਡਾ ਧੀਆ ਨੇ ਬਾਹਰ ਲਿਆਂਦਾ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਟੋਕ ਦਿਓ ਹਾਂਜੀ ਟੋਕਿਓ ਜ਼ਰੂਰ ਮਣੀ ਜੇ ਗਲਤ ਹੋਇਆ ਤੇ ਧੀਆ ਜਰੀਆ ਬਣੀਆਂ ਮਾਪਿਆਂ ਨੂੰ ਭਰਾਵਾਂ ਨੂੰ ਉਹਨਾਂ ਦੀ ਰੋਜੀ ਰੋਟੀ ਦਾ ਵਸੀਲਾ ਬਣੀਆਂ ਪਰ ਫੇਰ ਵੀ ਸਾਡਾ ਸਮਾਜ ਕਹਿੰਦਾ ਪੁੱਤ ਮਠੜੇ ਮੇਵੇ ਬੋਲੋ ਜੀ ਕੈਨੇਡਾ ਵਿੱਚ ਨਾ ਟੋਰਾਂਟੋ ਬਾਬਾ ਬੁੱਢਾ ਹੀ ਦੇ ਨਾਂ ਤੇ ਗੁਰਦੁਆਰਾ ਬਣ ਗਿਆ ਉੱਥੇ ਵੀ ਮੈਨੂੰ ਸੱਦ ਲਿਆ ਉਹਨਾਂ ਨੇ ਮਾੜੀ ਕਿਸਮਤ ਮੈਂ ਕਿਹਾ ਬਾਬਾ ਬੁੱਢਾ ਕੈਨੇਡਾ ਆਇਆ ਸੀ ਉਹ ਮੇਰੇ ਮੂੰਹ ਹਲ ਵੇਖਣ ਉੱਥੇ ਵੀ ਮਿਸੇ ਪ੍ਰਸਾਦ ਦੇ ਗੰਡੇ ਚੜਦੇ ਆ ਹਾਲਾਤ ਵੇਖੋ ਮੈਨੂੰ ਮੈਂ ਪਹਿਲਾਂ ਬੇਨਤੀ ਕਰਤੀ ਆ ਅਹੀਂ ਯਾਰ ਅਹੀਂ ਅਹੀਂ ਇਹਨੇ ਵੇਖ ਕਰੇ ਬੇਬੇ ਨਾਨਕੀ ਦੇ ਕਰਨਾ ਧੀ ਸੀ ਨਾ ਪੁੱਤ ਸੀ ਗੁਰਨਾਣ ਸਾਹਿਬ ਕਰ ਸਕਦੇ ਸੀ ਨਾ ਅਰਦਾਸ ਵੀ ਮਾਵਾ ਕਰ ਮੈਂ ਕਿਹਾ ਨਾ ਬੇਬੇ ਨਾਨਕੀ ਦੇ ਘਰ ਔਲਾਦ ਨਾ ਹੋਣਾ ਵੀ ਨਾ ਇੱਕ ਸਮਾਜ ਲਈ ਬੜਾ ਵੱਡਾ ਮੈਸੇਜ ਸੀ ਕਿ ਭੈਣੋ ਘਰਾਇਓ ਨਾ ਜੇ ਤੁਹਾਡੇ ਘਰ ਔਲਾਦ ਨਾ ਹੋਈ ਮੇਰੇ ਘਰ ਔਲਾਦ ਨਹੀਂ ਹੈਗੀ ਆ ਵੇਖ ਲਓ ਦੁਨੀਆ ਤੇ ਮੇਰਾ ਨਾਮ ਬਿਨਾ ਔਲਾਦ ਤੋਂ ਵੀ ਜਿਉਂਦਾ ਜੇ ਆਪਣੇ ਆਪ ਚ ਗੁਣ ਪੈਦਾ ਪੰਜ ਸਾਲ ਵੱਡੀ ਸੀ ਬਿਬੇ ਰਾਣੀ ਕੀ ਗੁਰਨਾਨ ਸਾਹਿਬ ਤੋਂ ਤੇ ਸਾਡੇ ਲੋਕ ਬਾਬਿਆਂ ਨੂੰ ਘਰ ਸੱਦਣਗੇ ਸੇਵ ਲੈਣਗੇ ਡੇਰਿਆਂ ਜਾਣਗੇ ਬਾਬਾ ਜੀ ਝੋਲੀ ਚ ਸੇਵ ਪਾ ਦੋ ਸਾਡੇ ਘਰ ਪੁੱਤ ਹੋਏਗਾ ਕਿਉਂ ਜੀ ਇਦਾਂ ਹੀ ਆ ਨਾ ਕਈ ਕਿੰਨੇ ਬਾਬਾ ਜੀ ਸਾਡੇ ਘਰ ਅਰਦਾਸ ਕਰ ਜਾਓ ਅਸੀਂ ਖਲੋਤੇ ਕਿੱਥੇ ਯਾਰ ਗੁਰਮਤ ਤੋਂ ਕੋਹਾਂ ਦੂਰ ਚਲੇ ਗਏ ਧੀਆਂ ਦੇ ਸਾਹਮਣੇ ਹੁਣ ਹੁਣ ਸ਼ਬਦ ਦੇ ਅਰਥ ਤੇ ਕੁਝ ਹੋਰ ਨੇ ਵੀ ਕਹਿ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਇ ਲੋਹਾਰ ਗੋਰੀ ਸੇਤੀ ਗੱਲ ਤੇ ਪਤੀ ਪਤਨੀ ਦੀ ਆਪਸ ਵਿੱਚ ਅਣ ਬਣਦੀ ਸੀ ਤੇ ਪੁੱਤੀ ਗੰਢ ਭਾਵ ਪੁੱਤਰਾਂ ਦੁਆਰਾ ਧੀਆਂ ਦੁਆਰਾ ਸਮਾਜ ਦੁਆਰਾ ਪਤੀ ਪਤਨੀ ਇੱਕ ਹੋ ਗਏ ਮੈਸੇਜ ਤੇ ਆਵਾ ਤੇ ਸਾਡੇ ਜਦੋਂ ਹੁੰਦਾ ਨਾ ਕਿਤੇ ਕਿਤੇ ਘਰ ਸਕਨ ਕਿਤੇ ਪੁੱਤਰ ਦਾ ਜਨਮ ਦਿਨ ਮਨਾਇਆ ਜਾਂਦਾ ਹੋਵੇ ਉਦੋਂ ਕਿਤੇ ਪੜਦੇ ਨਾ ਪੁੱਤੀ ਗੰਡ ਪਵੇ ਦਰਬਾਰ ਪੁੱਤੀ ਗੰਡ ਪਵੇ ਸੰਸਾਰ ਉਹ ਫਿਰ ਦਾਦਾ ਵੀ ਬੜਾ ਖੁਸ਼ ਹੋ ਜਾਂਦਾ ਪਰਦਾਦਾ ਵੀ ਖੁਸ਼ ਸਾਰੇ ਖੁਸ਼ ਲੋ ਜੀ ਆਪਣੀ ਗੰਡ ਪੈ ਗਈ ਜੀ ਹੁਣਾ ਉਹ ਗੰਡ ਭਾਈ ਚੰਗਿਆਂ ਕੰਮਾ ਨਾ ਪੈਣੀ ਅੱਗੇ ਜਾ ਕੇ ਪੜਿਓ ਰਾਜਾ ਮੰਗੇ ਦਿੱਤੇ ਗੰਡ ਪਾਏ ਇੱਕ ਐਗਜ਼ਾਮਪਲ ਵਾ ਗੁਰਮਤ ਨਹੀਂ ਆ ਇੱਕ ਐਗਜ਼ਾਮਪਲ ਵਾ ਗੁਰਬਾਣੀ ਵਿੱਚ ਸਮਝਾਉਣ ਦਾ ਤਰੀਕਾ ਹੁਣ ਰਾਜਾ ਮੰਗਦਾ ਵਾ ਜਿਵੇਂ ਇੰਨਾ ਕੰਟਰੀਆਂ ਸਮਝਣਾ ਬੜਾ ਸੌਖਾ ਵਾ ਮੰਨ ਲਓ ਆਹ ਕੰਟਰੀਆਂ ਤੁਹਾਡੇ ਕੋਲ ਟੈਕਸ ਮੰਗਦੀਆਂ ਤੁਸੀਂ ਦਿੰਦੇ ਜੇ ਤੇ ਜਿਹੜਾ ਟੈਕਸ ਤਾਰਦਾ ਉਹਦੀ ਇਸ ਦੇਸ਼ ਨਾਲ ਗੰਢ ਪੈਂਦੀ ਫਿਰ ਉਹਨੂੰ ਮੈਡੀਕਲ ਸਹੂਲਤ ਮਿਲਦੀ ਆ ਉਹਨੂੰ ਸਹੂਲਤਾਂ ਦੇ ਆਨੰਦ ਮਾਣਦਾ ਫਿਰੋ ਤੇ ਜਦੋਂ ਟੈਕਸ ਦੇਣ ਦੀ ਵਾਰੀ ਆਵੇ ਉਦੋਂ ਕੰਨੀ ਕਿ ਤਰਾਵੇ ਤੇ ਸਹੂਲਤ ਕਵੇ ਮੈਨੂੰ ਪੂਰੀ ਮਿਲੇ ਫਿਰ ਗੰਢ ਨਹੀਂ ਨਾ ਪੈਣੀ ਇਸ ਦੇਸ਼ ਨਾਲ ਰਾਜੇ ਨਾਲ ਪ੍ਰਜਾ ਦੀ ਗੰਢ ਕਿੱਦਾਂ ਪੈਣੀ ਰਾਜੇ ਨੇ ਮੰਗਿਆ ਤੇ ਪਰਜਾ ਨੇ ਅਗਿਓ ਜੋ ਬਣਦਾ ਸੀ ਟੈਕਸ ਤਾਰ ਦਿੱਤਾ ਉਹਦੀ ਗੰਡ ਪਈ ਰਾਜਾ ਮੰਗੇ ਸਾਰੇ ਪੜੋ ਰਾਜਾ ਮੰਗੇ ਦਿੱਤਾ ਗੰਡ ਪਾਏ ਰਾਜੇ ਨੇ ਜੋ ਬਣਦਾ ਕਰ ਸੀ ਟੈਕਸ ਮੰਗਿਆ ਪਬਲਿਕ ਨੇ ਦੇ ਦਿੱਤਾ ਤੇ ਉਹਨਾਂ ਦੀ ਆਪਸ ਵਿੱਚ ਗੰਡ ਪੈ ਗਈ ਫਿਰ ਜਦੋਂ ਗੰਡ ਪਈ ਨਾ ਜਿੱਦਣ ਪਰਜਾ ਤੇ ਵਿਵਤਾ ਬਣੀ ਰਾਜੇ ਨੇ ਆਪਣਾ ਵਿਛਾਦ ਦਿੱਤਾ ਆਪਣਾ ਬਨਸ਼ਾਵਰ ਕੀਤਾ ਵੀ ਯਾਰ ਇਹਨੇ ਇਹਨੇ ਆਪਣਾ ਟੈਕਸ ਤਾਰ ਰਿਹਾ ਹੁਣ ਫਰਜ ਬਣਦਾ ਮੇਰਾ ਇਹਨੂੰ ਮੈਂ ਮਰਨ ਨਹੀਂ ਦੇਣਾ ਮੈਨਾਂ ਕਹਿਣਾ ਇੰਨਾ ਕੰਟੀਆਂ ਤੇ ਬਾਣੀ ਸਮਝਣੀ ਵੜੀ ਬੋਲੋ ਜੀ ਸੌਖੀ ਆ ਭੁੱਖੇ ਆ ਗੰਡ ਪਵੈ ਜਾਂ ਖਾਏ ਭੁੱਖੇ ਬੰਦੇ ਦੀ ਸਰੀਰ ਨਾਲ ਗੰਡ ਕਦੋਂ ਪੈਂਦੀ ਭਲਾ ਭੁੱਖੇ ਬੰਦੇ ਨੂੰ ਤੁਸੀਂ ਕੰਮ ਕਹੋ ਕਰ ਲਈ ਕੀ ਆਂਦਾ ਭਲਾ ਕਹਿੰਦਾ ਪਹਿਲਾਂ ਖਵਾ ਮੈਨੂੰ ਕੁਝ ਖਵਾਏਗਾ ਤਾਂ ਸਰੀਰ ਕੰਮ ਕਰਨ ਜੋਗਾ ਹੋਊਗਾ ਭੁੱਖੇ ਬੰਦੇ ਦੀ ਸਰੀਰ ਨਾਲ ਗੰਡ ਕਦੋਂ ਪੈਂਦੀ ਜੀ ਭਲਾ ਜਦੋਂ ਉਹਨੂੰ ਕੁਝ ਖਾਣ ਲਈ ਦੇਉਗੇ ਭੁੱਖਿਆਂ ਗੰਡ ਪਵੈ ਜਾਂ ਖਾਏ ਭੁੱਖੇ ਬੰਦੇ ਦੀ ਸਰੀਰ ਨਾਲ ਗੰਡ ਕਦੋਂ ਪਈ ਜਦੋਂ ਨੂੰ ਖਾਣ ਲਈ ਕੋਈ ਤੁਸੀਂ ਦਿੱਤਾ ਕਾਲਾ ਗੰਡ ਨਦੀਆਂ ਮੀ ਝੋਲ ਕਾਲਾ ਗੰਡ ਕਾਲ ਪਿੰਦੇ ਜਦੋਂ ਅੱਛਾ ਕਾਲ ਵੀ ਦੋ ਕਿਸਮ ਦੇ ਹੁੰਦੇ ਆ ਕਈ ਕਾਲ ਪਿੰਦੇ ਆ ਜਦੋਂ ਵਰਖਾ ਨਾ ਹੋਵੇ ਇਦਾਂ ਦੇ ਕਾਲ ਵੀ ਹੋਏ ਮੀਂਹ ਨਹੀਂ ਪਿਆ ਤੇ ਕਾਲ ਪੈ ਗਿਆ ਤੇ ਕਈ ਵਾਰੀ ਜ਼ਿਆਦਾ ਮੀਂਹ ਪੈਣ ਨਾਲ ਵੀ ਕਾਲ ਪੈ ਜਾਂਦੇ ਕਾਲ ਵੀ ਦੋ ਕਿਸਮ ਦੇ ਹੁੰਦੇ ਕਈ ਵਾਰੀ ਮੀਂਹ ਨਾ ਪੈਣ ਕਰਕੇ ਵਰਖਾ ਨਾ ਪੈਣ ਕਰਕੇ ਫਸਲ ਨਹੀਂ ਹੋਈ ਤੇ ਕਈ ਵਾਰੀ ਜ਼ਿਆਦਾ ਮੀਂਹ ਆ ਜਾਏ ਵਰਖਾ ਜ਼ਿਆਦੀ ਆ ਜਾਏ ਫਸਲਾਂ ਬਰਬਾਦ ਹੋ ਜਾਂਦੀ ਤਾਂ ਵੀ ਨੁਕਸਾਨ ਹੋ ਜਾਂਦਾ ਹੁਣ ਇੱਥੇ ਐਗਜ਼ਾਮਪਲ ਕੀ ਦਿੱਤੀ ਕਾਲਾ ਗੰਡ ਨਦੀਆਂ ਮੀਂਹ ਝੋਲ ਜਦੋਂ ਕਿਤੇ ਕਾਲ ਪੈ ਜਾਏ ਇਸ ਕਾਲ ਨੂੰ ਕਾਲ ਪੈ ਜੇ ਸੋਕੇ ਦਾ ਸੋਕੇ ਦਾ ਕਾਲ ਪੈ ਗਿਆ ਮੀਂਹ ਨਾ ਪਿਆ ਜਦੋਂ ਵਰਖਾ ਹੁੰਦੀ ਆ ਤੇ ਮੀਂਹ ਪੈਂਦਾ ਵਾ ਫਸਲਾਂ ਹੁੰਦੀਆਂ ਵਾ ਫਿਰ ਉਹ ਕਾਲ ਮੁੱਕ ਜਾਂਦਾ ਵਾ ਜਿਹੜਾ ਵਰਖਾ ਨਾ ਪੈਣ ਕਰਕੇ ਕਾਲ ਪਿਆ ਸੀ ਕਾਲਾ ਗੰਡ ਨਦੀਆਂ ਮੀਂਹ ਝੋਲ ਗੰਡ ਫਰੀਤੀ ਮਿੱਠੇ ਬੋਲ ਅੱਛਾ ਕਿਸੇ ਨਾ ਗੰਡ ਕਦੋਂ ਪਿੰਦੀ ਪਲਾ ਤੁਹਾਡੀ ਕਿਸੇ ਨਾਲ ਇਹ ਤੁਹਾਡੇ ਕੋ ਮਿੱਠੇ ਬੋਲ ਨੇ ਤੁਹਾਡਾ ਸਲੀਕਾ ਵਧੀਆ ਸਿਆਣਿਆਂ ਦੇ ਰਿਸ਼ਤੇਦਾਰ ਨਾਲ ਵਿਗਾੜ ਲੋ ਭਾਵੇਂ ਪਰ ਗਵਾਂਢੀ ਨਾਲ ਨਾ ਵਿਗਾੜੋ ਗਵਾਂਢੀ ਭਾਵੇਂ ਕੋਈ ਵੀ ਹੋ ਸਕਦਾ ਇੱਥੇ ਤੇ ਇਹ ਐਗਜ਼ਾਮਪਲ ਨਾਲ ਠੁਗਣੀਆਂ ਇੰਨੀ ਐ ਇੱਥੇ ਤੇ ਕਈ ਵਾਰੀ ਗਵਾਂਢੀ ਗੋਰਾ ਹੁੰਦਾ ਉਹ ਵੀ ਕੰਮ ਆ ਜਾਂਦਾ ਆਪਣੇ ਸਮਝ ਆ ਜਾਂਦੀ ਵੀ ਆਪਾਂ ਨੂੰ ਕਿਤੇ ਤੇ ਕਈ ਬੰਦੇ ਆਪਣੇ ਦਦੇ ਦੇ ਕਿਤੇ ਭਾਈ ਸਾਹਿਬ ਜੀ ਆ ਤੁਹਾਡੇ ਲਾਗੇ ਗਵਾਂਢੀ ਦਾ ਕਹਿੰਦਾ ਸਾਡੀ ਉਹਨਾਂ ਨਾਲ ਬਣਦੀ ਨਹੀਂ ਹੈਗੀ ਕੋਸ਼ਿਸ਼ ਕਰਨੀ ਚਾਹੀਦੀ ਬੰਦੇ ਨੂੰ ਭਾਵੇਂ ਗੋਰਾ ਵਾ ਤੇ ਭਾਵੇਂ ਮੁਸਲਮਾਨਾ ਭਾਵੇਂ ਹਿੰਦੂ ਆ ਆਪਣੇ ਗਵਾਂਢੀ ਨਾਲ ਬੋਲੋ ਸਾਰੇ ਬਣਾ ਕੇ ਰੱਖੋ ਪਤਾ ਨਹੀਂ ਕਿਹੜੇ ਵੇਲੇ ਅੱਛਾ ਇੱਕ ਸ਼ਬਦ ਹੋਰ ਕਈ ਵਾਰੀ ਕਈ ਬੰਦੇ ਦਵਨ ਭਾਈ ਆਪਾਂ ਨੂੰ ਕਿਸ ਦੀ ਪ੍ਰਵਾਹ ਨਹੀਂ ਇੱਕ ਸ਼ਬਦ ਹੋਰ ਆਪਾਂ ਨੂੰ ਨਹੀਂ ਕਿਸ ਦੀ ਲੋੜ ਜਾਨੀ ਕਿ ਆਪ ਲੋਕੋ ਸਭ ਹੋ ਜਾਏਗਾ ਪਰ ਪ੍ਰਾਣੇ ਬਜ਼ੁਰਗੇ ਕ ਸ਼ਬਦ ਬੋਲਦੇ ਹੁੰਦੇ ਸੀ ਗਲੀਆਂ ਦੇ ਕੱਖਾਂ ਦੀ ਵੀ ਜ਼ਰੂਰਤ ਪੈ ਜਾਂਦੀ ਲੋੜ ਪੈਣ ਤੇ ਪੁੱਛੋ ਕਿਵੇਂ ਕਿ ਬ੍ਰਿਨਵ ਵੱਡੀਆਂ ਲੱਕੜਾਂ ਅਗਰ ਨਹੀਂ ਫੜਦੀਆਂ ਤੇ ਗਲੀਆਂ ਦੇ ਕੱਖ ਮਰੋੜ ਕੇ ਨੇ ਤਾਂ ਤੇ ਵੱਡੀਆਂ ਲੱਕੜਾਂ ਦੇ ਵਿੱਚ ਤੁੰਣਨੇ ਪੈਂਦੇ ਹੀ ਤਾਂ ਕੋਈ ਵੱਡੀਆਂ ਲੱਕੜਾਂ ਨੂੰ ਸਿੱਧੀ ਆਗਰ ਨਹੀਂ ਪੈਂਦੀ ਉਫਕੇ ਅੱਗ ਬਾਲਣ ਦੇ ਕੰਮ ਕਵੇਦੀ ਗਲੀ ਦੇ ਕੱਖ ਵੀ ਕੰਮ ਆ ਜਾਂਦੇ ਆ ਇਹ ਕਦੀ ਨਹੀਂ ਕਹਿਣਾ ਕਿ ਮੈਨੂੰ ਕਿਸ ਦੀ ਜ਼ਰੂਰਤ ਨਹੀਂ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿਹੜੇ ਸਮੇਂ ਸਾਨੂੰ ਕਿਹਦੀ ਜ਼ਰੂਰਤ ਪੈ ਜਾਣੀ ਹੈ ਇਹ ਕਵੇ ਦਾਤਾ ਸਾਡਾ ਪਿਆਰ ਬਣੇ ਮੁਹੱਬਤ ਬਣੇ ਸਨੇਹ ਬਣੇ ਜਦੋਂ ਤੁਸੀਂ ਗੁਰਮਤ ਨੂੰ ਧਿਆਨ ਨਾਲ ਸਮਝੋਗੇ ਨਾ ਬਾਣੀ ਨਫਰਤ ਨਹੀਂ ਫਲਾਉਂਦੀ ਨਾ ਨਾ ਇਸ ਬਾਣੀ ਦੇ ਇਸੇ ਵਿਹਾਰ ਤੇ ਤਾਂ ਕਦੀ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਿਓ ਸਮਝ ਆ ਜਾਏਗੀ ਵੀ ਕਿੱਡੀ ਕਿੱਡੀ ਕਮਾਲ ਦੀ ਗੱਲ ਸੀ ਆਪਾਂ ਗੱਲ ਕੀਤੀ ਸੀ ਨਾ ਵੀ ਜਿਹੜੇ ਪੰਜਾਬੀ ਦੇ ਕਹਤੇ ਸੀ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਦੇ ਰਾਜ ਵੇਲੇ ਉਹ ਵੀ ਉਹ ਆਧਾਰ ਗੁਰਬਾਣੀ ਸੀ ਉਹਦਾ ਨਾਣਾ ਖਾਲੀ ਨਹੀਂ ਸੀ ਉਹ ਰਾਣ ਸ਼ਬਦ ਸੀ ਉੱਥੇ ਉੱਥੇ ਨਾਣਾ ਖਾਲੀ ਨਹੀਂ ਸੀ ਉਹ ਜਦੋਂ ਅਗਲੇ ਪੜਦੇ ਸੀ ਨਾ ਨਾਲ ਪੰਜਾਬੀ ਦਾ ਕਹਿਤਾ ਤੇ ਨਾਲ ਗੁਰਬਾਣੀ ਵੀ ਪੜ ਜਾਂਦੇ ਸੀ ਜਿਹੜੇ ਬੱਚੇ ਤੋਂ ਐਵੇਂ ਨਹੀਂ ਸੀ ਅਗਲੇ ਅੰਗਰੇਜ਼ ਵਾਲਿਆਂ ਕਹਤੇ ਸਿਣਵਾਏ ਸੀ ਉਹਨਾਂ ਨੇ ਨੂੰ ਪਤਾ ਸੀ ਕਿ ਬੇਸ ਜਿਹੜਾ ਤਕੜਾ ਉਹਨਾਂ ਨੇ ਤਿਆਰ ਕਰ ਲਿਆ ਗੁਰਮਤ ਦੀ ਏਡੀ ਵੱਡੀ ਜਾਣਕਾਰੀ ਦੇ ਦਿੱਤੀ ਅੱਜ ਸਾਡੇ ਘਰਾਂ ਚੋਂ ਪੰਜਾਬੀ ਵੀ ਚੱਲੇਗੀ ਤੇ ਗੁਰਮੁਖੀ ਵੀ ਚੱਲੇਗੀ ਹਾਲੀਵੁੱਡੀ ਅਸੀਂ ਸਾਰਾ ਕੁਝ ਹੀ ਮੰਨਫੀ ਕਰਕੇ ਬੈਠ ਗਏ ਆ ਕੋਸ਼ਿਸ਼ ਕਰੀਏ ਆਪਾਂ ਜਿੰਨੇ ਜੋਗੇ ਜਿੰਨੇ ਹੈਗੇ ਆ ਯੋਗਦਾਨ ਪਾਈਏ ਆਪਣਾ ਸੀ ਸਾਰੇ ਰਲ ਕੇ ਇੱਕ ਬੰਦਾ ਨਹੀਂ ਕਰ ਸਕਦਾ ਕੁਝ ਵੀ ਜਿੱਥੇ ਵੀ ਬੈਠੇ ਆ ਅਸੀਂ ਘਰਾਂ 'ਚ ਪੰਜਾਬੀ ਬੋਲੀਏ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੀਏ ਪੈਸਾ ਵੀ ਕਮਾਉਣਾ ਹੈ ਬੱਚਿਆਂ ਨੂੰ ਤੁਸੀਂ ਸਾਧਨ ਵੀ ਦੇਣੇ ਆ ਪਰ ਆਪਣੇ ਧੁਰੇ ਨਾਲ ਵੀ ਤੇ ਜੁੜਨ ਦੀ ਕੋਸ਼ਿਸ਼ ਕਰਨੀ ਜਿੰਨੇ ਜੋਗੇ ਅਸੀਂ ਆਪਣਾ ਯੋਗਦਾਨ ਤੇ ਪਾਈਏ ਨਾ ਭਾਈ ਇਹ ਸਾਨੂੰ ਗੁਰਮਤ ਵਾਰ-ਵਾਰ ਸਿਖਾਉਂਦੀ ਹੈ ਤੂੰ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਈ ਆ ਗੱਲ ਨੂੰ ਧਿਆਨ ਨਾਲ ਸੁਣਿਓ ਧਾਰਮਿਕ ਗ੍ਰੰਥਾਂ ਨਾਲ ਬੰਦੇ ਦੀ ਤਾਂ ਹੀ ਬਣਦੀ ਆ ਜੇ ਉਹਦੇ ਅੰਦਰਲਾ ਲਿਖਿਆ ਸੱਚ ਬੋਲਦਾ ਤੇ ਕਮਾਉਂਦਾ ਹੈ ਮਾਲੋ ਆਪਾਂ ਕਹੀਏ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਨਾਲ ਬੜਾ ਪਿਆਰ ਆ ਤੇ ਸਾਡੀ ਗੁਰੂ ਨਾਲ ਗੰਢ ਕਦੋਂ ਪੈਣੀ ਭਲਾ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸੱਚ ਅਸੀਂ ਬੋਲੀਏ ਵੀ ਤੇ ਆਪਣੇ ਪਰਿਵਾਰਾਂ ਚ ਆਪਣੀ ਜ਼ਿੰਦਗੀ ਚ ਲਾਗੂ ਵੀ ਕਰੀਏ ਵੇਦਾਂ ਗੰਢ ਵੇਦਾਂ ਨਾਲ ਗੰਢ ਭਾਵ ਧਾਰਮਿਕ ਪੁਸਪਾਵ ਗੁਰੂ ਨਾਲ ਸਾਡੀ ਗੰਢ ਕਦੋਂ ਪੈਣੀ ਆ ਬੋਲੇ ਸੱਚ ਕੋਏ ਤੇ ਜੇ ਮੈਂ ਰੋਜ਼ ਮਹਾਰਾਜ ਦੇ ਕੋਲ ਆਵਾਂ ਵੀ ਪ੍ਰਕਰਮਾਂ ਵੀ ਕਰਾਂ ਤੇ ਕੰਮ ਕਰਾਂ ਸਾਡੇ ਆਪਣੀ ਮਰਜ਼ੀ ਨਾਲ ਤੇ ਕੀ ਕਵਾਂ ਭਲਾ ਮਹਾਰਾਜ ਨਾ ਮੇਰਾ ਬੜਾ ਬੋਲੋ ਜੀ ਮੇਰਾ ਬੜਾ ਮਹਾਰਾਜ ਨਾ ਤੇ ਪਿਆਰ ਦੀ ਕਸਵਟੀ ਕੀ ਆ ਕਿ ਜੇ ਉਹਦੇ ਵਿੱਚ ਲਿਖਿਆ ਸੱਚ ਵਾ ਉਹਨੂੰ ਮੈਂ ਮੰਨਾ ਉਹਨੂੰ ਮਕਮਾਵਾ ਉਹਨੂੰ ਹੌਲੀ ਹੌਲੀ ਆਪਣੇ ਜੀਵਨ ਤੇ ਲਾਗੂ ਕਰ ਅਸ਼ਾ ਇਹਦਾ ਬੈਨੀਫਿਟ ਸਾਨੂੰ ਹੀ ਹੋਣਾ ਵਾ ਇਹਦਾ ਲਾਭ ਵੀ ਸਾਨੂੰ ਹੀ ਹੋਣਾ ਵਾ ਜੋ ਜੋ ਅਸੀਂ ਉਹਨੂੰ ਮੰਨਾਂਗੇ ਵਿਚਾਰਾਂਗੇ ਜੋ ਜੋ ਸਾਡਾ ਪਿਆਰ ਬਣੇਗਾ ਹੌਲੀ ਹੌਲੀ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਸਾਡੇ ਜੀਵਨ ਦੀ ਸ਼ੈਲੀ ਵਧੀਆ ਬਣ ਜਾਏਗੀ ਤੋ ਬੇਦਾ ਗੰਡ ਬੋਲੇ ਸੱਚ ਕੋਏ ਮੋਇਆਂ ਗੰਡ ਆ ਐ ਮੇਨ ਗੱਲ ਮੋਇਆਂ ਗੰਡ ਮਰ ਗਏ ਬੰਦੇ ਦੀ ਦੁਨੀਆ ਨਾਲ ਗੰਡ ਕਦੋਂ ਪਹਿਣੀ ਪਲਾ ਜਦੋਂ ਉਹਦੇ ਪੱਲੇ ਕੋਈ ਨੇਕੀ ਹੋਏਗੀ ਕਦੋਂ ਨੇਕ ਕੰਮ ਕੀਤੇ ਹੋਣਗੇ ਉਹਨੇ ਚੰਗਾ ਕੰਮ ਕੀਤਾ ਹੋਏਗਾ ਉਹਨੇ ਜਿਵੇਂ ਆਪਾਂ ਸਰਦਾਰ ਸਾਹਿਬ ਦਾ ਉਹਨਾਂ ਦੇ ਕੀਤੇ ਹੋਈਆਂ ਸੇਵਾਵਾਂ ਨੂੰ ਯਾਦ ਕਰ ਰਹੇ ਹਾਂ ਹੁਣ ਜਿਹੜੇ ਮਨੁੱਖ ਇਦਾਂ ਦੇ ਚੰਗੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਕੀਤਾ ਵਾ ਜਿਵੇਂ ਰਾਤ ਅਸੀਂ ਸਰਦਾਰ ਕਰਮ ਸਿੰਘ ਦੀਆਂ ਸਟੋਰੀਆਂ ਦੀ ਗੱਲ ਕਰ ਰਹੇ ਸੀ ਪ੍ਰੋਫੈਸਰ ਸਹਿਬ ਸਿੰਘ ਜੀ ਹੋ ਗਿਆ ਗਿਆਨੀ ਦੇਸ ਸਿੰਘ ਜੀ ਹੋ ਗਿਆ ਪ੍ਰੋਫੈਸਰ ਗੁਰਮukh ਸਿੰਘ ਜੀ ਹੋ ਗਿਆ ਭਗਤ ਪੂਰਨ ਸਿੰਘ ਜਿੰਨੇ ਵੀ ਤੁਸੀਂ ਜਿਨ੍ਹਾਂ ਨੇ ਵੀ ਕੁਝ ਕੀਤੇ ਨੇ ਪਰਪਕਾਰ ਸਰੀਰ ਭਾਵੇਂ ਸਾਡੇ ਵਿੱਚ ਨਹੀਂ ਵਾ ਉਹਨਾਂ ਦੀਆਂ ਕੀਤੀਆਂ ਕਾਰਨਾਵਾਂ ਤੇ ਉਹਨਾਂ ਨੂੰ ਸਦਾ ਯਾਦ ਰੱਖਣੀਆਂ ਨਾ ਕਿਉਂਕਿ ਜਦੋਂ ਆਪਾਂ ਕਹਿੰਦੇ ਆਤ ਸੱਚ ਜਿਹੜਾ ਸੱਚ ਵਾ ਉਹ ਹਮੇਸ਼ਾ ਜਿਉਂਦਾ ਰਹਿੰਦਾ ਵਾ ਜੇ ਸੱਚ ਸਦਾ ਜਿਉਂਦਾ ਰਹਿੰਦਾ ਤੇ ਸੱਚ ਨਾਲ ਜੁੜਨ ਵਾਲਾ ਵੀ ਬੰਦਾ ਸਦਾ ਜਿਉਂਦਾ ਰਹੇਗਾ। ਜੇ ਸੱਚ ਨਹੀਂ ਮਰਦਾ ਤੇ ਸੱਚ ਨਾਲ ਜੁੜਨ ਵਾਲਾ ਬੰਦਾ ਕਿਦਾਂ ਦੁਨੀਆ ਤੋਂ ਚਲਾ ਜਾਏਗਾ ਜੀ ਉਹ ਵੀ ਜਿਉਂਦਾ ਰਹੇਗਾ। ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾ ਬਣ ਜਿ ਲਿਖਿਆ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾ ਕਿਸੇ ਨੇ ਨਹੀਂ ਰਹਿਣਾ ਸਰੀਕ ਤੌਰ ਤੇ ਪਰ ਮਹਾਰਾਜ ਕਹਿੰਦੇ ਜੀਵਤ ਪੇਖੇ ਮੈਂ ਜਿਉਂਦੇ ਵੀ ਵੇਖਿਆ ਜਿਨੀ ਹਰ ਹਰ ਤੇ ਆਇਆ ਸਾਧ ਸੰਗਤਨੀ ਦਰਸ਼ਨ ਉਹ ਕਿਦਾਂ ਜਿਉਂਦੇ ਵੇਖਿਆ ਸਰੀਰ ਭਾਵੇਂ ਉਹਨਾਂ ਦਾ ਨਹੀਂ ਹੈਗਾ ਵਾ ਪਰ ਆਤਮਿਕ ਤੌਰ ਤੇ ਉਹ ਸਦਾ ਹੀ ਜਿਉਂਦੇ ਰਹਿੰਦੇ ਆ ਕਿਉਂ ਕਿਉਂਕਿ ਉਹਨਾਂ ਨੇ ਕੰਮ ਚੰਗੇ ਕੀਤੇ ਆ ਨੇਕ ਕੰਮ ਕੀਤੇ ਆ ਨੇਕ ਸੋਚ ਲੈ ਕੇ ਜ਼ਿੰਦਗੀ ਬਤੀਤ ਕੀਤੀ ਤੇ ਇਸ ਕਰਕੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਚ ਨਾ ਕੋਸ਼ਿਸ਼ ਕਰਨੀ ਚਾਹੀਦੀ ਇਨਸਾਨ ਨੂੰ ਕਿ ਮੈਂ ਕਿਸਦਾ ਬੁਰਾ ਨਾ ਕਰਾਂ ਮੈਂ ਕਿਸੇ ਬਾਰੇ ਬੁਰਾ ਸੋਚਾਂ ਨਾ ਕਿਸੇ ਨੂੰ ਗਲਤ ਕੁਝ ਕੁਝ ਵੀ ਮੇਰੇ ਕੋਲ ਐਸਾ ਨਾ ਹੋਵੇ ਜਿਸ ਦੇ ਨਾਲ ਮੇਰਾ ਮੇਰੇ ਕੋਲ ਕਿਹਦਾ ਨੁਕਸਾਨ ਹੋਵੇ ਕਿਉਂਕਿ ਕਈ ਵਾਰੀ ਨਾ ਤੁਹਾਡੇ ਬੋਲਣ ਨਾਲ ਕਿਸੇ ਦਾ ਫਾਇਦਾ ਵੀ ਹੁੰਦਾ ਤੇ ਕਈ ਵਾਰੀ ਤੁਹਾਡੇ ਸ਼ਬਦ ਬੋਲਣਾ ਕਿਹਦਾ ਨੁਕਸਾਨ ਵੀ ਹੁੰਦਾ ਹੈ ਇਹ ਵੀ ਗੱਲ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ ਗੁਰੂ ਸਾਹਿਬ ਜੀ ਨੇ ਵਿਚਾਰੇ ਵੀ ਬਖਸ਼ਿਸ਼ ਕੀਤੇ ਨੇ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਮੱਛੀ ਤਾਰੂ ਕਿਆ ਕਰੇ ਜਦੋਂ ਮਾਰੇ ਮੂਰਖ ਦੇ ਗੁਣ ਦੱਸਦੇ ਆ ਨਾ ਵੀ ਮੂਰਖ ਦੇ ਲੱਛਣ ਕੀ ਹੁੰਦੇ ਭਲਾ ਮੂਰਖ ਬੰਦੇ ਦੀ ਨਿਸ਼ਾਨੀ ਕੀ ਆ ਭਲਾ ਆਹ ਦੱਸਦੇ ਆ ਕਹਿੰਦੇ ਮੱਛੀ ਤਾਰੂ ਸਾਰੇ ਬੋਲੋ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਹੁਣ ਪਾਣੀ ਜਿੰਨਾ ਮਰਜੀ ਡੂੰਗਾ ਹੋਵੇ ਮੱਛੀ ਉੱਤੇ ਡੂੰਗੇ ਪਣਦਾ ਕੋਈ ਪ੍ਰਭਾਵ ਨਹੀਂ ਪੈਂਦਾ ਉਹਨੇ ਤਾਂ ਤਰਨਾ ਹੀ ਆ ਘੱਟ ਤਰ ਲੂ ਵੱਧ ਤਰ ਲੂ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਮੱਛੀ ਤਾਰੂ ਕਿਆ ਕਰੇ ਕਹਿੰਦੇ ਪੰਖੀ ਕਿਆ ਆਕਾਸ਼ ਜਿੰਨਾ ਮਰਜੀ ਆਕਾਸ਼ ਦੂਰ ਹੋਵੇ ਪੰਛੀ ਤੇ ਕੀ ਹੋਸਾ ਆਕਾਸ਼ ਦਾ ਪ੍ਰਭਾਵ ਹੈ ਪੱਥਰ ਪਾਲਾ ਕਿਆ ਕਰੇ ਪੱਥਰ ਦੇ ਉੱਤੇ ਠੰਡ ਦਾ ਕੀ ਅਸਰ ਜੀ ਭਾਵੇਂ ਸਨੋ ਉੱਤੇ ਚੜੀ ਰਵੇ ਤੇ ਖੁਸਰੇ ਕੇ ਆ ਘਰ ਵਾਸ ਹਿਜੜਾ ਜਿਹੜਾ ਵਾ ਉਹਦੇ ਤੇ ਗ੍ਰਸਤੀ ਜੀਵਨ ਦਾ ਕੀ ਪ੍ਰਭਾਵ ਉਹਨੂੰ ਕੀ ਫੀਲਿੰਗ ਆ ਵੀ ਪਰਿਵਾਰ ਕਿਦਾਂ ਹੁੰਦਾ ਕਿਦਾਂ ਪਰਿਵਾਰ ਵਿੱਚ ਰਹਿਦਾ ਵਾ ਖੁਸਰੇ ਕੇ ਆ ਘਰ ਵਾਸ ਕੁੱਤੇ ਚੰਦਨ ਲਾਈ ਹੈ ਕੁੱਤੇ ਦੇ ਉੱਤੇ ਚੰਦਨ ਦਾ ਲੇਪ ਕਰੀ ਜਾਓ ਭੀਸੋ ਕੁੱਤੀ ਧਾਤ ਜਿੰਨਾ ਮਰਜੀ ਚੰਦਨ ਦਾ ਲੇਪ ਕਰੀ ਜਾਓ ਉਹਦੀ ਉਹਦਾ ਅਸਲਾ ਥੋੜਾ ਬਦਲ ਜਾਣਾ ਕਿਤੇ ਭੀਸੋ ਕੁੱਤੀ ਧਾਤ ਉਹਦੇ ਜਿਹੜੇ ਅੰਦਰ ਦੇ ਜਿਹੜੇ ਔਗਣ ਨੇ ਨਾ ਉਹ ਚੰਦਨ ਨਹੀਂ ਲੁਕੋ ਸਕਦਾ ਕੁੱਤੇ ਚੰਦਨ ਲਾਈ ਆ ਪੀਸ ਉਹ ਕੁੱਤੀ ਧਾਤ ਤੇ ਕਹਿੰਦੇ ਬੋਲਾ ਜੇ ਸਮਝਾਈ ਐ ਬੋੜੇ ਲਾ ਕੇ ਬੰਦੇ ਤੇ ਲਾ ਕੇ ਤੁਸੀਂ ਜਿੰਨੇ ਮਰਜੀ ਧਾਰਮਿਕ ਗ੍ਰੰਥ ਪੜੀ ਜਾਓ ਪੜੀਆਂ ਸਿਮਰਤ ਪਾਠ ਹੁਣ ਇਹ ਗੱਲ ਕਿਸੇ ਬੋਲੇ ਦੀ ਨਹੀਂ ਹੋ ਰਹੀ ਸਾਧ ਸੰਗਤ ਜੀ ਇਹ ਗੱਲ ਆਪਣੀ ਤੇ ਲਾਇਓ ਕਿ ਮੇਰੀ ਪੂਰਾ ਅਖੰਡ ਪਾਠ ਹੀ ਸਾਡੇ ਘਰ ਹੋ ਜਾਂਦਾ ਵਾ ਗੱਲ ਆਪਣੀ ਹੋ ਰਹੀ ਐ ਬੋਲੇ ਦੀ ਥੋੜਾ ਹੋ ਰਹੀ ਐ ਮਾਰੇ ਕਿ ਇਹਨੂੰ ਲਾ ਕੇ ਥੋੜਾ ਗੱਲ ਕਰਦੇ ਵੀ ਤੂੰ ਬੋਲਾ ਵਾਂ ਨਹੀਂ ਨਹੀਂ ਗੱਲ ਆਪਣੀ ਹੋ ਰਹੀ ਮੈਂ ਬੋਲਾ ਹੀ ਹੋਇਆ ਜਦੋਂ ਮੇਰੇ ਘਰ ਅਗਲੇ 48 50 ਘੰਟੇ ਪਾਠ ਕਰਕੇ ਬਾਅਦ ਚ ਮੈਨੂੰ ਕਿਹਨੇ ਸਲੋਕ ਪੁੱਛਿਆ ਤੇ ਮੈਂ ਕਹਾ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਤੇ ਮੈਂ ਬੋਲਾ ਹੀ ਹੋਇਆ ਬੋਲਾ ਜੇ ਸਮਝਾਈਏ ਪੜੋ ਪੜਿਆਂ ਸੇ ਮ੍ਰਿਤ ਪਾਠ ਅੰਦਾ ਚਾਨਣ ਰਖੀਏ ਦੀਵੇ ਬਾਲੇ 50 ਲਓ ਜੀ ਇਹ ਜਿਹਦੇ ਬਾਣੀ ਸਮਝ ਨਹੀਂ ਆਉਂਦੀ ਇਹ ਇਹ ਤਾਂ ਗੱਲਾਂ ਹੀ ਸਿੱਧੀਆਂ ਵਾਂ ਅੰਨੇ ਬੰਦੇ ਲਾ ਕੇ 50 ਦੀਵੇ ਬਾਲ ਦੋ ਇਦਾਂ ਉੱਤੇ 50 ਦੀਵਿਆਂ ਦਾ ਵਿਚਾਰੇ ਤੇ ਅਸਰ ਹੁੰਦਾ ਕੋਈ ਗੱਲ ਕਿਸੇ ਨੇਤਰੀਣ ਦੀ ਨਹੀਂ ਹੋ ਰਹੀ ਸਾਧ ਸੰਗਤ ਜੀ ਇੱਥੇ ਗੱਲ ਹੋ ਰਹੀ ਬੰਦਾ ਅੰਦਰੋਂ ਅੰਨਾ ਹੋਵੇ ਭਾਵੇਂ 50 ਅਖੰਡ ਪੜ੍ਹਦਾ ਦੋਆਂ ਲਾਗੇ ਉਹਦੇ ਹੋ ਰਿਆ ਨਾ ਕਿੱਥੇ ਕਿੱਥੇ 50 ਅਖੰਡ ਪੜ੍ਹ ਕਿੱਥੇ ਹੋ ਰਿਆ ਜੀ ਭਲਾ ਥੋੜਾ ਯੋਗਦਾਨ ਤੁਸੀਂ ਵੀ ਪਾ ਦਿਓ ਸਾਧ ਸੰਗ ਜੀ ਪ੍ਰਸ਼ਾਦਾ ਛਕਣਾ ਬਾਅਦ ਚ ਆਪਾਂ ਸਾਰੀਆਂ ਗੱਲਾਂ ਮੇਰੇ ਕੋਲੋਂ ਨਾ ਕਰਾਓ ਕਿੱਥੇ ਹੋਰੇ ਜੀ 50 ਖਾਂਡ ਪਾੜ ਕਿੱਥੇ ਭਲਾ 25 ਇਧਰ ਨੂੰ ਮੂੰਹ ਕਰਕੇ ਤੇ 25 ਤੇ ਸੁਣਨ ਵਾਲਾ ਹੈਗਾ ਵਿੱਚ ਕੋਈ ਬੋਲੋ ਸਾਧ ਸੰਗ ਜੀ ਕੋਈ ਨਹੀਂ ਹੈਗਾ ਹੁਣ ਅੰਦਾ ਚਾਨਣ ਰਖੀ ਐ ਦੀਵੇ ਬੜੇ ਪਚਾਸ ਅੰਨੇ ਬੰਦੇ ਲੱਗੇ ਤੁਸੀਂ ਭਾਵੇਂ 50 ਦੀਵੇ ਬਾਲੀ ਜਾਓ ਜਿਨੇ ਕਰਨੀ ਮਨਮਤ ਆ ਉਹਨਾਂ ਨੂੰ ਇਹ ਗੱਲਾਂ ਹਜਮ ਨਹੀਂ ਹੋਣੀਆਂ ਸਾਧ ਸੰਗਤ ਜੀ ਚੌਣਾ ਸੋਨਾ ਪਾਈ ਐ ਚੁਣ ਚੁਣ ਖਾਵੇ ਘਾਸ ਚੌਣਾ ਕਹਿੰਦੇ ਨੇ ਮੱਜਾਂ ਜਿਆਦੀਆਂ ਚੌਣਾ ਇਹ ਸ਼ਬਦ ਆਪਣੇ ਪਰਿਵਾਰਾਂ 'ਚ ਆਮ ਹੀ ਬੋਲੇ ਜਾਂਦਾ ਸੀ ਘਰ ਦੇ ਚਾਰਜੀ ਹੋਣੇ ਨਾ ਤਾਂ ਵੀ ਚੌਣਾ ਸ਼ਬਦ ਬੋਲੇ ਜਾਂਦਾ ਹੁੰਦਾ ਸੀ ਵੀ ਇੰਨਾ ਚੌਣਾ ਹੀ ਤੇ ਰੋਟੀਆਂ ਲਾਉਂਦੀਆਂ ਥੱਕੀਆਂ ਬੀਬੀਆਂ ਇਹ ਸ਼ਬਦ ਬੀਬੀਆਂ ਆਮ ਘਰਾਂ 'ਚ ਵਰਦਿੰਦੀਆਂ ਹੁੰਦੀਆਂ ਸੀ ਜਿੱਥੇ ਬੀਬੀਆਂ ਵਿਚਾਰੀਆਂ ਨੇ ਤਾਂ ਹੀ ਕਹਿਣਾ ਵੀ ਵੀ ਅਹੀਂ ਤੇ ਉੱਥੇ ਆਪਣੀ ਧੀ ਵੀ ਹੋਣੀ ਜਿੱਥੇ ਕੱਲਾ ਕੱਲਾ ਹੀ ਪੋਤ ਹੋਵੇ ਤੇ ਤੇ ਫਿਰ ਕਈ ਤੇ ਹੁਣ ਏਦਾਂ ਵੀ ਰਿਸ਼ਤੇ ਆਉਣ ਲੱਗ ਪਿਆ ਕਹਿੰਦੇ ਭੈਣੇ ਰਿਸ਼ਤਾ ਬੜਾ ਵਧੀਆ ਏ ਸੁਖ ਨਾ ਸਾਸਾ ਹੀ ਨਹੀਂ ਆ ਵੀ ਮਰ ਤੁਹਾਡੇ ਹਿਸਾਬ ਨਾਲ ਜਿਹੜੀ ਸੱਸ ਉਹ ਮਾੜੀ ਹੁੰਦੀ ਹੈ ਮਿਲ ਕਿੱਡੀ ਸਾਡੀ ਸੋਚ ਕਿੱਡੀ ਘਟੀਆ ਹੋ ਗਈ ਅਸੀਂ ਕਿੱਥੇ ਖਲੋਤੇ ਆ ਸਾਡੀ ਸੋਚ ਕਿਦਾਂ ਦੀ ਬਣ ਗਈ ਅਸੀਂ ਕਿਦਾਂ ਦੇ ਸਮਾਜ ਵਿੱਚ ਜ਼ਿੰਦਗੀ ਜੂ ਰਹੇ ਆ ਜਿੱਥੇ ਪਿਆਰ ਮੁਹੱਬਤ ਹੋਵੇ ਪੁੱਛ ਕੇ ਵੇਖੋ ਜਿਹੜੇ ਸਾਂਝੇ ਟੱਬਰਾਂ 'ਚ ਭੈਣਾਂ ਰਹਿੰਦੀਆਂ ਨੇ ਜਦ ਬੱਚੀਆਂ ਇਕੱਠੀਆਂ ਰਹਿੰਦੀਆਂ ਪਲਦੀਆਂ ਨੇ ਵੱਡੀਆਂ ਹੁੰਦੀਆਂ ਨੇ ਤਾਇਆ ਚਾਚਾ ਦਾ ਆਪਣਾ ਇੱਕ ਪ੍ਰਭਾਵ ਹੁੰਦਾ ਤੂੰ ਹੌਲੀ ਹੌਲੀ ਅਸੀਂ ਸਾਰਾ ਕੁਝ ਗਵਾ ਕੇ ਬਹਿ ਗਏ ਅਸੀਂ ਗਵਾਜ ਗਏ ਸਾਡੇ ਕੋਲ ਇਹ ਚੌਣਾ ਸ਼ਬਦ ਆਮ ਪਰਿਵਾਰਾਂ 'ਚ ਵੀ ਵਰਤਿਆ ਜਾਂਦਾ ਸੀ ਹੁਣ ਚੌਣਾ ਅਸੀਂ ਜਿੱਥੇ 4 5 10 20 ਮੱਝਾਂ ਗਾਵਾਂ ਉਹਨਾਂ ਗਾੜੀ ਸੋਨਾ ਪਾ ਦੇਉ ਖੁਰਲੀ 'ਚ ਤੇ ਮੱਝਾਂ ਕੀ ਖਾਣ ਗਿਆ ਭਲਾ ਘਾ ਹੀ ਖਾਣਾ ਉਹਨਾਂ ਨੂੰ ਪਤਾ ਸੋਨਾ ਇੰਨਾ ਮਹਿੰਗਾ ਉਹਨਾਂ ਦੇ ਘਾ ਹੀ ਖਾਣਾ ਚੌਣ ਚੌਣ ਖਾਵੇ ਘਾਸ ਚੌਣੇ ਸੋਨਾ ਪਾਈ ਐ ਚੁਣ ਚੁਣ ਖਾਵੇ ਕਾਸ ਲੋਹਾ ਮਾਰਨ ਪਾਈ ਐ ਲੋਹੇ ਦੇ ਵਿੱਚ ਨਾ ਜੇ ਕੁਸਤੇ ਜਿਵੇਂ ਵੈਦ ਨਹੀਂ ਹੁੰਦਾ ਕੁਸਤੇ ਪਾਪਾ ਕੇ ਦਵਾਈਆਂ ਤਿਆਰ ਕਰਦਾ ਲੋਹੇ 'ਚ ਕੁਸਤੇ ਪਾਪਾ ਕੇ ਤੁਸੀਂ ਉਹਨੂੰ ਜਿੰਨਾ ਮਰਜ਼ੀ ਨਰਮ ਕਰ ਲੋਨੇ ਕਪਾਹ ੜਾ ਬਣ ਜਾਣਾ ਲੋਹੇ ਨੇ ਤੇ ਹਾਰ ਹੀ ਰਹਿਣਾ ਸਖਤ ਹੀ ਰਹਿਣਾ ਲੋਹਾ ਮਾਰਨ ਪਾਈ ਐ ਟਹੇ ਨਾ ਹੋਏ ਕਪਾਸ ਇਹ ਸਾਰੀਆਂ ਉਦਾਹਰਨ ਦੇ ਕੇ ਖੇਚ ਕੀ ਆਂਦੇ ਭਲਾ ਮਹਾਰਾਜ ਨਾਨਕ ਮੂਰਖ ਇਹ ਗੁਣ ਪੜੋ ਜੀ ਖੁੱਲ ਕੇ ਬੋਲੇ ਸਦਾ ਵਿਨਾਸ਼ ਮੂਰਖ ਦੇ ਇਹ ਗੁਣ ਮਾ ਜਿਹੜੇ ਉੱਪਰ ਦੱਸਿਆ ਉਹ ਤੇ ਕੋਈ ਅਸਰ ਨਹੀਂ ਹੁੰਦਾ ਤੇ ਮੈਂ ਕਦੀ ਕਦੀ ਸੋਚਦਾ ਮੂਰਖਪਣਾ ਆਪਣੀ ਜ਼ਿੰਦਗੀ ਚੋਂ ਮੂਰਖ ਬੋਲੇ ਜਿਹੜਾ ਸਦਾ ਵਿਨਾਸ਼ ਮੂਰਖ ਬੰਦਾ ਕਿਤੇ ਬੋਲੇ ਵੀ ਨਾ ਉਹ ਕਈ ਵੀ ਨੁਕਸਾਨ ਕਰਨ ਵਾਲੇ ਬੋਲਦਾ ਵਾ ਇਹ ਜ਼ਿੰਦਗੀ ਵਿੱਚੋਂ ਆਪਣੇ ਬੁਰੀਆਂ ਗੱਲਾਂ ਕੱਢ ਕੇ ਤੇ ਚੰਗੀਆਂ ਆਤਾਂ ਜ਼ਿੰਦਗੀ 'ਚ ਪਾਉਣੀਆਂ ਚਾਹੀਦੀਆਂ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆਪਣੇ ਗੁਰੂ ਦੇ ਇਸ ਗਿਆਨ ਦੀ ਉਪਦੇਸ਼ ਦੀ ਜੋ ਸਾਡੇ ਲਈ ਇਨਾ ਸੋਹਣਾ ਗਿਆਨ ਬਖਸ਼ਿਸ਼ ਕੀਤਾ ਹੈ ਕਦਰ ਕਰੋ ਉਹਨਾਂ ਭੈਣਾਂ ਦੀ ਵੀ ਜਿਨ੍ਹਾਂ ਘਰ ਧੀਆਂ ਨੇ ਕਦਰ ਕਰੋ ਉਹਨਾਂ ਨੋਹਾਂ ਦੀ ਵੀ ਜਿਨ੍ਹਾਂ ਘਰ ਔਲਾਦ ਨਹੀਂ ਹੈਗੀ ਜਿੱਥੇ ਆ ਪੁੱਤਾਂ ਵਾਲਿਆਂ ਦੀ ਕਦਰ ਕਰਦੇ ਅਸੀਂ ਧੀਆਂ ਵਾਲਿਆਂ ਬੱਚੀਆਂ ਦੀ ਵੀ ਕਦਰ ਕਰੋ ਜਿਨ੍ਹਾਂ ਘਰਾਂ 'ਚ ਔਲਾਦ ਨਹੀਂ ਹੈਗੀ ਉਹਨਾਂ ਦੀ ਵੀ ਕਦਰ ਕਰੋ ਸਮਾਜ ਸੋਹਣਾ ਬਣੇ ਸਮਾਜ ਵਧੀਆ ਬਣੂਗਾ ਇਹਦੇ ਨਾਲ ਸਮਾਜ ਮਾੜਾ ਨਹੀਂ ਬਣਨਾ ਚੰਗਾ ਬਣੇਗਾ ਪਿਆਰ ਮੁਹੱਬਤ ਆਏਗੀ ਗੁਰੂ ਦੀ ਸਿੱਖੀ ਵਿਚਾਰ ਜ਼ਿੰਦਗੀ 'ਚ ਫੈਲੇਗੀ ਇਹ ਸਿੱਖੀ ਆ ਗੁਰਮਤ ਇਹੋ ਸਿਖਾਉਂਦੀ ਆ ਸਾਨੂੰ ਵਹਿਮਾਂ ਪਰਮਾਂ ਪਖੰਡਾਂ ਕਰਮ ਕਾਂਡਾਂ 'ਚੋਂ ਬਾਹਰ ਨਿਕਲੋ ਕੋਈ ਵਿਸ਼ੇਸ਼ ਸਾਨੂੰ ਸਪੈਸ਼ਲ ਗੁਰੂ ਅੱਗੇ ਕਹਿਣ ਦੀ ਲੋੜ ਨਹੀਂ ਕਹਣਾ ਦਾਤਾ ਮੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆਜਾ ਮੈਂ ਜ਼ਿੰਦਗੀ ਵਧੀਆ ਜੀਉ ਸਕਾਂ ਤੁਹਾਡੇ ਦਰਬਾਰ ਨਾਲ ਮੇਰੀ ਗੰਡ ਪੈ ਜਾਏ ਤੇ ਗੰਡ ਪੈਣੀ ਸਿਫਤੀ ਗੰਡ ਪਵੇ ਦਰਬਾਰ ਉਸ ਮਾਲਕ ਦੀ ਸ਼ਿਵਸਲਾ ਦੁਆਰਾ ਹੀ ਉਸ ਸੱਚੇ ਦੇ ਨਾਲ ਸਾਡਾ ਸਬੰਧ ਜੁੜਨਾ ਵਾ ਤੋ ਆਪਣੇ ਘਰਾਂ ਚ ਕੋਸ਼ਿਸ਼ ਕਰੋ ਮੇਰੀ ਉਹ ਭੈਣੋ ਮੇਰੇ ਵੀਰੋ ਬਜ਼ੁਰਗੋ ਸਹਿਜ ਪਾਠ ਕਰੋ ਜਿੰਨੇ ਜੋਗੇ ਅਸੀਂ ਪੜ ਸਕਦੇ ਆ ਬਾਣੀ ਪੜੋ ਗੁਰਬਾਣੀਆਂ ਆ ਪੜੀਏ ਸਟੱਡੀ ਕਰੀਏ ਤੇ ਧੰਨਵਾਦ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸ਼ਿਕਾਗੋ ਵਾਲੇ ਸਮੂਹ ਵੀਰਾਂ ਦਾ ਜਿਥੇ ਅੱਜ ਆਪਾਂ ਸਰਦਾਰ ਪਾਲ ਸਿੰਘ ਜੀ ਪUREWAL ਕੈਨੇਡਾ ਨਿਵਾਸੀ ਜਿਨ੍ਹਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਮੂਲ ਨਾਨਸਈ ਕੈਲੰਡਰ ਤਿਆਰ ਕੀਤਾ ਤੇ ਹੁਣ ਤਾਂ ਬਹੁਤ ਗੁਰਦੁਆਰੇ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਇਸ ਕੈਲੰਡਰ ਦੇ ਮੁਤਾਬਕ ਹੀ ਉਹ ਸਾਰੇ ਸਿੱਖਾਂ ਦੇ ਗੁਰੂਆਂ ਦੇ ਇਤਿਹਾਸਕ ਦਿਨ ਜਿਹੜੇ ਮਨਾਉਂਦੇ ਆ ਆਪਾਂ ਨੂੰ ਹੌਲੀ-ਹੌਲੀ ਜਿੱਥੋਂ ਤੱਕ ਹੈਗੀ ਆ ਆਪਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਬਹੁ ਸੰਪਰਦਾਵਾਂ ਬਹੁਤ ਵੀਰ ਇਦਾਂ ਦੇ ਹੌਲੀ ਹੌਲੀ ਇਸ ਪ੍ਰਭਾਵ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਰਹੇ ਆ ਆਪਾਂ ਵੀ ਕੋਸ਼ਿਸ਼ ਕਰੀਏ ਵਿਦੇਸ਼ਾਂ ਵਿੱਚ ਵੀ ਬਹੁਤ ਦੂਰ ਤੱਕ ਇਹ ਗੱਲ ਪਹੁੰਚ ਚੁੱਕੀ ਐ ਤੋ ਅਸੀਂ ਸਾਰੇ ਗੁਰਬਾਣੀ ਪੜ੍ਹੀਏ ਵਹਿਮਾਂ ਭਰਮਾਂ ਪਖੰਡਾਂ ਚੋਂ ਬਾਹਰ ਨਿਕਲੀਏ ਗੁਰੂ ਦੇ ਪੁੱਤਰ ਧੀਆ ਬਣ ਕੇ ਆਪਣਾ ਜੀਵਨ ਜੀਉਣ ਦਾ ਯਤਨ ਕਰੀਏ ਸਹਿਜ ਪਾਠ ਕਰੋ ਕੋਸ਼ਿਸ਼ ਕਰੋ ਆਪਣੇ ਘਰਾਂ ਚ ਬਾਂਗੀਆਂ ਸਿੰਚੀਆਂ ਰੱਖੋ ਇੱਕ ਅਖੀਰ ਤੇ ਬੇਨਤੀ ਕਰਾਂਗਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਬੇਨਤੀ ਸਾਡਾ ਕਰਨਾ ਹੱਕ ਹੈ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਹੈ ਜਦੋਂ ਸਾਡੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਇੱਕ ਚੀਜ਼ ਕੋਸ਼ਿਸ਼ ਕਰੋ ਕੋਸ਼ਿਸ਼ ਹੋਵੇ ਕਿ ਜਦੋਂ ਸਾਡੀ ਧੀ ਦਾ ਆਨੰਦ ਕਾਰਜ ਹੋਵੇ ਨੂੰ ਕਹੋ ਪੁੱਤ ਤੇਰੇ ਕੋਲ ਮੈਂ ਹੋਰ ਕੁਝ ਨਹੀਂ ਮੰਗਦਾ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਕਰੀ ਪੁੱਤਰ ਨੂੰ ਕਹੋ ਬੇਟਾ ਤੂੰ ਆਪਣੇ ਨਾਲ ਰਲ ਜਾਓ ਥੋੜੀ ਜੀ ਤੁਸੀਂ ਹੈਲਪ ਕਰਾ ਦਿਓ ਨਾਲ ਆਪਣੇ ਬੱਚਿਆਂ ਨੂੰ ਸਹਿਜ ਪਾਠ ਕਰਨ ਦੀ ਆਤ ਪਾਓ ਬੱਚੇ ਬਾਣੀ ਨਾਲ ਜੁੜਨ ਬਾਣੀ ਸਮਝਣਗੇ ਸਾਡੇ ਬੱਚੇ ਗੁਰਮਤਿ ਵਿਚਾਰ ਸਾਡੇ ਘਰਾਂ ਵਿੱਚ ਆਏਗੀ ਇੱਕ ਪੰਜਾਬੀ ਬੋਲਣ ਤੇ ਕੋਸ਼ਿਸ਼ ਕਰੋ ਆਪਣੇ ਪਰਿਵਾਰਾਂ ਚ ਪੰਜਾਬੀ ਚ ਗੱਲਬਾਤ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨਾ ਘਰਾਂ ਚ ਦਾਦੀਆਂ ਹੈਗੀਆਂ ਨੇ ਦਾਦੇ ਹੈਗੇ ਆ ਨਾਨੀਆਂ ਹੈਗੇ ਆ ਉਹਨਾਂ ਚ ਫਿਰ ਬੱਚੇ ਬਜ਼ੁਰਗਾਂ ਨਾਲ ਬੋਲਦੇ ਹੀ ਆ ਪਰ ਕੋਸ਼ਿਸ਼ ਕਰੋ ਵੀ ਆਪਣੇ ਬੱਚਿਆਂ ਨਾਲ ਕਿਉਂਕਿ ਬਾਕੀ ਤਾਂ ਉਹਨਾਂ ਲੈਂਗੁਏਜ ਬਾਹਰ ਸਿੱਖ ਹੀ ਲੈਣੀ ਆ ਭਾਸ਼ਾ ਸਿੱਖ ਹੀ ਲੈਣੀ ਆ ਪਰ ਜਿੰਨੇ ਕ ਆਪਾਂ ਜੋਗੇ ਆ ਆਪਾਂ ਆਪਣਾ ਬਣਦਾ ਯੋਗਦਾਨ ਪਾਈਏ ਸਾਧ ਸੰਗਤ ਜੀ ਸਮੂਹ ਸੰਗਤ ਦਾ ਧੰਨਵਾਦ ਇਹਨਾਂ ਤਿੰਨਾਂ دیਵਾਨਾਂ ਚ ਜਿਨ੍ਹਾਂ ਵੀਰਾਂ ਭੈਣਾਂ ਬਜ਼ੁਰਗਾਂ ਪਰਿਵਾਰਾਂ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਿਨ੍ਹਾਂ ਭੈਣਾਂ ਨੇ ਲੰਗਰ ਸਵੇਰੇ ਬਣਾਏ ਨੇ ਵਰਤੌਣ ਵਾਲੇ ਵੀਰਾਂ ਦੀ ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰੇ ਸਾਡੇ ਘਰਾਂ ਵਿੱਚ ਗੁਰਮਤ ਆਵੇ ਅਸੀਂ ਮਨਮਤ ਨੂੰ ਹੁੰਝ ਕੇ ਆਪਣੇ ਪਰਿਵਾਰਾਂ ਚੋਂ ਬਾਹਰ ਕੱਢੀਏ ਗੁਰੂ ਦੀ ਵਿਚਾਰ ਸਾਡੇ ਘਰਾਂ ਵਿੱਚ ਆਵੇ ਵਹਿਮ ਪਰਮਪਖੰਡ ਕਰਮਕਾਂਡ ਛੱਡੋ ਤੇ ਗੁਰਬਾਣੀ ਦੇ ਇਸ ਦੀਪਕ ਨੂੰ ਬਾਲੀਏ ਗੁਰਬਾਣੀ ਸਜਗ ਮੈਂ ਚਾਨਣ ਕਰਮ ਵਸੈ ਮਨ ਆਏ ਗੁਰਬਾਣੀ ਦੇ ਇਸ ਦੀਵੇ ਨੂੰ ਆਪਣੇ ਘਰਾਂ ਚ ਬਾਲੀਏ ਤਾਂ ਕਿ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਹੋ ਸਕੇ ਤੇ ਵਹਿਮ ਪਰਮ ਦੀਵਾ ਬੜੇ ਅੰਧੇਰਾ ਜਾਏ ਜਿਵੇਂ ਦੀਵਾ ਵੱਲਦਾ ਵਾ ਹਨੇਰਾ ਦੂਰ ਹੁੰਦਾ ਇੱਕ ਗੱਲ ਦਾ ਖਿਆਲ ਰੱਖਣਾ ਜਿਹੜਾ ਹਨੇਰਾ ਹੁੰਦਾ ਨਾ ਇਹ ਰस्सियां ਦੇ ਵੀ ਭਲੇਖੇ ਪਾ ਜਾਂਦਾ ਕਈ ਵਾਰੀ ਰस्सियां ਵੀ ਸੱਪ ਦੇ ਭਲੇਖੇ ਪਾਉਂਦੀਆਂ ਭਗਤ ਰਵਦਾਸ ਜੀ ਨੇ ਬਾਣੀ ਚ ਲਿਖਿਆ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕੈ ਅਬ ਜਿੱਦਾਂ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰ ਮਰਮ ਜਨਾਇਆ ਘਰ ਦੇ ਵਿੱਚ ਰੋਣਾ ਪੈ ਗਿਆ ਸਾਰਾ ਟਬਰ ਮੰਜੀਆਂ ਤੇ ਚੜ ਗਿਆ ਤੇ ਬਜ਼ੁਰਗ ਆਇਆ ਬਾਹਰੋਂ ਕਹਿੰਦੇ ਕੀ ਗੱਲ ਹੈ ਕਹਿੰਦੇ ਪਾਪਾ ਜੀ ਸੱਪ ਆ ਗਿਆ ਘਰ ਤੇ ਪਾਪਾ ਸਿਆਣਾ ਸੀ ਉਹ ਕਹਿੰਦਾ ਦੀਵਾ ਬਾਲ ਲਓ ਦਿਖ ਪਵੇਗਾ ਕਿੱਡਾ ਕ ਵੱਡਾ ਸੱਪ ਆ ਉਹ ਜਦੋਂ ਦੀਵਾ ਬਾਲਿਆ ਤੇ ਨਿਆਣੇ ਰਸੀ ਨੂੰ ਹੱਥ ਵਿੱਚ ਫੜੀ ਫਿਰ ਤੇ ਸਾਰੇ ਹੱਸ ਪਏ ਤੇ ਪਾਪਾ ਇਹਦਾ ਧੰਨਵਾਦ ਕੀਤਾ ਪਾਪਾ ਜੀ ਨਾਂ ਦੱਸਦੇ ਤੇ ਅਸੀਂ ਇਹ ਰੱਸੀ ਤਾਂ ਤਬ ਕੀ ਜਾਣ ਹੁੰਦਾ ਨਾ ਹਨੇਰੇ 'ਚ ਕਈ ਵਾਰੀ ਤੁਹਾਡੇ ਹੱਥ ਨੂੰ ਕੋਈ ਚੀਜ਼ ਲੱਗੇ ਆਪਾਂ ਡਰ ਜਾਂਦੇ ਆ ਪਰ ਜੇ ਚਾਨਣ 'ਚ ਕੋਈ ਤੁਹਾਡੇ ਹੱਥ ਨੂੰ ਚੀਜ਼ ਲੱਗੇ ਤੁਸੀਂ ਤਬਕ ਦੇਣੀ ਆ ਕਿਉਂਕਿ ਹਨੇਰਾ ਰੱਸੀ ਦੇ ਦਾਵੀ ਭੁਲੇਖਾ ਜਿਹੜਾ ਪੈ ਜਾਂਦਾ ਵੀ ਕਿਤੇ ਸੱਪ ਨਾ ਹੋਵੇ ਇਥੇ ਲਿਖਿਆ ਰਾਜ ਭਯੰਗ ਰਾਜ ਦਾ ਮੈਨੂੰ ਰੱਸੀ ਭਯੰਗ ਮੈਨੂੰ ਸੱਪ ਪ੍ਰਸੰਗ ਜੈਸੇ ਆਬ ਕਾਸ਼ ਮਰਮ ਜਨਾਇਆ ਹੁਣ ਸਮਝ ਲੱਗੀ ਮੈਨੂੰ ਕਿ ਅਸਲ ਦੇ ਵਿੱਚ ਕਈ ਵਾਰੀ ਹਨੇਰੇ ਵਿੱਚ ਰਸੀਆਂ ਵੀ ਸੱਪ ਦਾ ਭਲੇਖਾ ਪਾਉਂਦੀਆਂ ਤੇ ਆਹ ਰਸੀਆਂ ਹੀ ਨੇ ਵੀਰਵਾਰ ਆ ਨਹੀਂ ਕਰਨਾ ਬੁੱਧਵਾਰ ਸ਼ੁੱਧ ਹੁੰਦਾ ਵਾ ਐਤਵਾਰ ਕੱਪੜੇ ਨਹੀਂ ਧੋਣੇ ਇਦਾਂ ਅਸੀਂ ਦਿਨ ਵੰਡੇ ਹੁੰਦੇ ਆ ਸ਼ਨੀਵਾਰ ਇਦਾਂ ਨਹੀਂ ਕਰਨਾ ਇਹ ਸਾਰੇ ਰਸੀਆਂ ਨੇ ਅਸਲ ਦੇ ਵਿੱਚ ਪਾਉਣ ਪੈ ਗਈ ਮਗਰੋਂ ਕਿਸ ਨੇ ਆਵਾਜ਼ ਮਾਰ ਦਿੱਤੀ ਇਹ ਸਭ ਵਹਿਮ ਨੇ ਸਾਡੇ ਮਨਾਂ ਦੇ ਇਹਨਾਂ ਚੋਂ ਬਾਹਰ ਨਿਕਲੀਏ ਪਖੰਡ ਕਰਮਕਾਂਡ ਛੱਡ ਕੇ ਆਪਣੀ ਜ਼ਿੰਦਗੀ ਨੂੰ ਉੱਚਾ ਚੁੱਕੀਏ ਗੁਰੂ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੇ ਵਹਿਮ ਭਰਮ ਪਖੰਡ ਜ ਨਹੀਂ ਪੈਣਾ ਵੱਡਿਆਂ ਦੀ ਰਿਸਪੈਕਟ ਕਰੋ ਘਰਾਂ ਚ ਬਜ਼ੁਰਗ ਨੇ ਮਾਵਾਂ ਨੇ ਜੋ ਵੀ ਸਾਡੇ ਬਜ਼ੁਰਗ ਨੇ ਉਹਨਾਂ ਦੇ ਨਾਲ ਪਿਆਰ ਨਾਲ ਗੱਲਬਾਤ ਕਰੀਏ ਪਤਾ ਨਹੀਂ ਹਮ ਆਦਮੀ ਹਾਂ ਇੱਕਦਮੀ ਪਤਾ ਨਹੀਂ ਅਗਲਾ ਸਾਂ ਆਉਣਾ ਕਿ ਨਹੀਂ ਆਉਣਾ ਬਜ਼ੁਰਗਾਂ ਦੀ ਕੋਈ ਅਸੀਸ ਲੈ ਲਓ ਕਿਸੇ ਨਾਲ ਕੋਈ ਚੰਗੀ ਗੱਲ ਕਰ ਲਓ ਚੰਗੀ ਵਿਚਾਰ ਕਰ ਲਓ ਇਹ ਜ਼ਿੰਦਗੀ ਵਿੱਚ ਇਹੋ ਸਾਡੇ ਕੰਮ ਹੋਣੇ ਨੇ ਚੰਗੇ ਗੁਣ ਚੰਗੀਆਂ ਵਿਚਾਰਾਂ ਇਹ ਸਾਨੂੰ ਬਾਣੀ ਬਾਰ-ਬਾਰ ਸਿਖਾਉਂਦੀ ਹੈ ਗੁਰੂ ਦਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਗੁਰੂ ਦੀ ਬਾਣੀ ਆਪਣੀ ਜ਼ਿੰਦਗੀ ਵਿੱਚ ਵਸਾਈਏ ਸਾਰਿਆਂ ਦਾ ਧੰਨਵਾਦ ਸਾਧ ਸੰਗਤ ਜੀ ਆਪ ਜੀ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੀ ਆਓ ਇੱਕ ਵਾਰ ਰਲ ਕੇ ਇਹਨਾਂ ਪੰਕਤੀਆਂ ਦਾ ਪਾਠ ਕਰ ਲਈਏ ਫਿਰ ਸਮਾਪਤੀ ਹੈ ਜੀ ਨਾਨਕ ਆਖੈ ਇਹ ਵਿਚਾਰ ਨਾਨਕ ਆਖੈ ਇਹ ਵਿਚਾਰ सिपति गंड पवै दरबार सिपति गंड पवै दरबार सिपति गंड पवै दरबार सिपति गंड पवै दरबार किस ही कोई कोए किस ही कोई कोए ਮੰਜ ਨਮਾਣੀ ਇੱਕ ਤੂੰ ਮੰਜ ਨਮਾਣੀ ਇੱਕ ਤੂੰ ਮੰਜ ਨਮਾਣੀ ਇੱਕ ਤੂੰ ਮੰਜ ਨਮਾਣੀ ਇੱਕ ਤੂੰ ਕਿਉਂ ਨਾ ਮਰੀ ਜਰੋਏ ਕਿਉਂ ਨਾ ਮਰੀ ਜਰੋਏ ज़ल जा चेतना जालग चेतना आवही जालग चेतना आवही जालग चेतना आवही ਕੋਟਾਨ ਕੋ ਸ਼ੁਕਰਾਨਾ ਹੈ ਅਕਾਲ ਪ੍ਰਭੂ ਵੈਗੁਰੂ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਅਪਾਰ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਆਪਾਂ ਬੜੇ ਪਿਆਰ ਨਾਲ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰੀ ਹੈ ਸਾਧ ਸੰਗਤ ਜੀ ਵਿਚਾਰਾਂ ਕਰਦੇ ਆ ਜੋ ਭੁੱਲਾਂ ਹੋਈਆਂ ਨੇ ਉਹ ਮੇਰੀਆਂ ਨੇ ਜੋ ਵਿਚਾਰ ਕਰਦੇ ਆ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ ਆਓ ਬੜੇ ਅਦਬ ਨਾਲ ਫਤਿਹ ਬੁਲਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ